ਇੱਥੇ ਕੋਈ ਚੀਜ਼ ਐਸੀ ਨਹੀਂ ਜਿਹੜੀ ਨਹੀਂ ਬੋਲਦੀ, ਜਿਹੜੀ ਨਹੀਂ ਗਾਉਂਦੀ। ਸਾਰੀ ਸ੍ਰਿਸ਼ਟੀ ਬੋਲ ਰਹੀ ਹੈ, ਸਾਰੀ ਗਾ ਰਹੀ ਹੈ। ਜੜ ਚੀਜ਼ਾਂ ਬੋਲ ਰਹੀਆਂ, ਦਰਖਤ ਬੋਲ ਰਹੇ ਨੇ, ਫਸਲਾਂ ਬੋਲ ਰਹੀਆਂ ਨੇ, ਪਾਣੀ ਬੋਲ ਰਿਹਾ, ਪੌਣ ਬੋਲ ਰਹੀ ਹੈ, ਮਨੁੱਖ ਬੋਲ ਰਹੇ ਨੇ, ਪਸ਼ੂ ਬੋਲ ਰਹੇ ਨੇ, ਪੰਛੀ ਬੋਲ ਰਹੇ ਨੇ। ਬੋਲਦੇ ਨਹੀਂ ਹੈ, ਤੈਨੂੰ ਗਾ ਰਹੇ ਨੇ। ਪੌਣ ਵੀ, ਪਾਣੀ ਵੀ, ਬਸੰਤਰ ਵੀ ਕੰਨਾਂ ਦੇ ਨਾਲ ਸੁਣੇ ਨੇ, ਅਸੀਂ ਬੋਲਦੇ। ਪਰ ਇੱਕ ਤੂੰ ਕਿਉਂ ਨਹੀਂ ਬੋਲਦਾ? ਤੇਰੀ ਬਣਾਈਆਂ ਹੋਈਆਂ ਸਭ ਚੀਜ਼ਾਂ ਬੋਲਦੀਆਂ, ਤੂੰ ਨਹੀਂ ਬੋਲਦਾ। ਹੇ ਪ੍ਰਭੂ, ਕਾਰਨ ਤਾਂ ਦੱਸ। ਕਹਿਣ ਲੱਗਿਆ ਮੇਰੇ ਪਿਆਰੇ ਭਗਤ, ਮੈਂ ਬੋਲਦਾ ਬੋਲਦਾ ਥੱਕ ਗਿਆ। ਬੋਲਦਾ ਹੀ ਜਾਂਦਾ, ਬੋਲਦਾ ਹੀ ਜਾਂਦਾ, ਪਰ ਸੁਣਦਾ ਨਹੀਂ ਹੈ ਕੋਈ ਵੀ। ਜੇ ਕੋਈ ਸੁਣੇ ਤਾਂ ਉਹਨੂੰ ਪਤਾ ਲੱਗੇ ਮੈਂ ਬੋਲਦਾ। ਮੈਂ ਬੋਲਿਆ ਹੀ ਨਹੀਂ ਹਾਂ, ਮੈਂ ਆਪਣੇ ਬੋਲ ਰਿਕਾਰਡ ਕਰ ਦਿੱਤੇ ਸਾਰੇ। ਚਾਰੇ ਵੇਦਾਂ ਦੇ ਵਿੱਚ ਮੈਂ ਬੋਲਿਆ, ਰਿਸ਼ੀਆਂ ਮੁਨੀਆਂ ਦੇ ਅਨੁਭਵ 'ਚ ਬੋਲਿਆ, ਅਤੇ ਉਹਨਾਂ ਨੇ ਉਸ ਬੋਲ ਨੂੰ ਰਿਕਾਰਡ ਕਰ ਦਿੱਤਾ, ਚਾਰ ਵੇਦਾਂ ਦਾ ਰੂਪ ਧਾਰਨ ਕਰਿਆ। ਕੁਰਾਨ ਸ਼ਰੀਫ 'ਚ ਮੈਂ ਬੋਲਿਆ, ਬਾਈਬਲ 'ਚ ਮੈਂ ਬੋਲਿਆ, ਭਗਤਾਂ ਦੇ ਹਿਰਦੇ 'ਚ ਮੈਂ ਬੋਲਦਾ,
ਭਗਤ ਸੰਗ ਪ੍ਰਭ ਗੋਸ਼ਟ ਕਰਤ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਲਗਾਤਾਰ ਬੋਲਿਆ, 200 ਸਾਲ ਬੋਲਦਾ ਰਿਹਾ, ਪਰ ਕਰਿਆ ਕੀ ਜਾਵੇ, ਇਹ ਮਨੁੱਖ ਸੁਣਦਾ ਨਹੀਂ ਹੈ। ਪਰ ਸਭ ਕੁਛ ਮੈਂ ਇਹਦੇ ਭਲੇ ਵਾਸਤੇ ਬੋਲਿਆ, ਇਹਦੇ ਦੁੱਖ ਨੂੰ ਖਤਮ ਕਰਨ ਵਾਸਤੇ ਬੋਲਦਿਆਂ, ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਆਏ ਨੇ ਉਹਨਾਂ ਨੂੰ ਉਹਨਾਂ ਨੇ ਸੰਸਾਰ ਨੂੰ ਦੇਖ ਕੇ ਅਨੁਭਵ ਕੀਤਾ ਅਤੇ ਮੈਨੂੰ ਵੀ ਦੱਸਿਆ, ਸੰਸਾਰ ਨੂੰ ਵੀ ਦੱਸਿਆ। ਉਹਨਾਂ ਨੇ ਕਿਹਾ ਵੀ ਹੈ ਸ਼ਕਤੀ, ਮੂਲ ਪ੍ਰਕਿਰਤੀ ਹੈ,
ਉਹ ਆਪ ਜੜ ਹੈ, ਕੁਛ ਨਹੀਂ ਕਰਦੀ, ਕੁਛ ਨਹੀਂ ਸੋਚਦੀ, ਕੋਈ ਉਹਦੇ 'ਚ ਹਿਲਜੁਲ ਨਹੀਂ ਹੈ ਕੁਛ। ਪਰ ਜਿਸ ਵਕਤ ਚੇਤਨ ਦੀ ਸੱਤਾ ਉਹਦੇ ਉੱਤੇ ਪੈਂਦੀ ਹੈ ਨਾ, ਪ੍ਰਤੀਬਿੰਬ ਪੈਂਦਾ ਹੈ, ਜਿਵੇਂ ਚਮਕ ਪੱਥਰ ਦੀ ਸੱਤਾ ਜਦੋਂ ਫੈਕਟਰੀ ਦੇ ਵਿੱਚ ਪੈਂਦੀ ਹੈ ਤਾਂ ਫੈਕਟਰੀ ਵਿੱਚ ਜਿੰਨੇ ਲੋਹੇ ਦੇ ਛੋਟੇ ਛੋਟੇ ਟੁਕੜੇ ਨੇ ਸਭ ਛਾਲਾਂ ਮਾਰਦੇ ਨੇ ਉਹ 'ਚ, ਜਿਉਂ ਜਿਉਂ ਉਹਨੂੰ ਐਂ ਕਰੋਗੇ ਛਾਲਾਂ ਮਾਰਨੇ, ਫਿਰ ਜਦੋਂ ਪੈਦਾ ਹੋਣਾ। ਇਸ ਤਰ੍ਹਾਂ ਨਾਲ ਪ੍ਰਕਿਰਤੀ ਦੇ ਉੱਤੇ ਜਦੋਂ ਵਾਹਿਗੁਰੂ ਦੀ ਸੱਤਾ ਪੈਂਦੀ ਹੈ, ਸ਼ਕਤੀ ਪੈਂਦੀ ਹੈ, ਇਹਦੇ 'ਚ ਹਿਲਜੁਲ ਪੈਦਾ ਹੁੰਦੀ ਹੈ ਮੂਲ ਪ੍ਰਕਿਰਤੀ 'ਚ, ਇਹਦਾ ਨਾਂ ਬਦਲ ਜਾਂਦਾ, ਮੂਲ ਹਟ ਜਾਂਦਾ, ਫਿਰ ਪ੍ਰਕਿਰਤੀ ਬਣ ਜਾਂਦਾ। ਇਹਦੇ ਵਿੱਚ ਤਿੰਨ ਗੁਣ ਹੁੰਦੇ ਨੇ, ਇੱਕ ਰਜੋ ਗੁਣ ਹੁੰਦਾ, ਇੱਕ ਤਮੋ ਗੁਣ ਹੁੰਦਾ, ਇੱਕ ਸਤੋ ਗੁਣ ਹੁੰਦਾ। ਇਹ ਤਿੰਨ ਇੱਕ ਦੂਜੇ ਨੂੰ ਦੱਬਦੇ ਨੇ, ਸੰਘਰਸ਼ ਹੋ ਜਾਂਦਾ, ਕਦੇ ਤਮੋ ਗੁਣ ਵੱਧ ਜਾਂਦਾ, ਕਦੇ ਸਤੋ ਗੁਣ ਵੱਧ ਜਾਂਦਾ, ਕਦੇ ਰਜੋ ਗੁਣ ਵੱਧ ਜਾਂਦਾ। ਦੂਸਰਾ ਇਹ ਹੈ ਕਿ ਇੱਥੇ ਪ੍ਰਕਿਰਤੀ ਦੇ ਵਿੱਚ ਇੱਕ ਸਿਫਤਾ ਹੈ ਕਿ ਜਦੋਂ ਪਰਮੇਸ਼ੁਰ ਦੀ ਸ਼ਕਤੀ ਉਹਦੇ ਉੱਤੇ ਪੈਂਦੀ ਹੈ, ਉਹਦੇ 'ਚ ਗਿਆਨ ਆ ਜਾਂਦਾ, ਨਾ ਉਹਦੇ 'ਚ ਅਵੇਅਰਨੈਸ ਆ ਜਾਂਦੀ ਹੈ, ਸੋਝ ਆ ਜਾਂਦੀ। ਇੱਕ ਉਹਦੇ ਵਿੱਚ ਇਹ ਆ ਜਾਂਦੀ ਹੈ ਕਿ ਮਾਇਆ, ਕਿਉਂਕਿ ਪ੍ਰਕਿਰਤੀ ਦੇ ਵਿੱਚ ਖਰਬਾਂ 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 ਚਿੱਤ ਨੇ, ਚਿੱਤ ਉਹ ਸ਼ਕਤੀ ਹੈ ਜਿਹੜੀ ਚੇਤਨ ਸ਼ਕਤੀ ਨੂੰ ਇੱਕਦਮ ਗ੍ਰਹਿਣ ਕਰਕੇ ਹੋਸ਼ ਵਿੱਚ ਆਉਂਦੀ ਹੈ, ਅਤੇ ਉਹਦੇ ਵਿੱਚ ਆ ਜਾਂਦਾ ਆਈਐਮ। ਪਹਿਲਾਂ ਇਹ ਪ੍ਰਕਿਰਤੀ ਸਪਸ਼ਟ ਸੀ, ਇਹਦੇ 'ਚ ਵੰਡ ਨਹੀਂ ਸੀ ਕੋਈ ਵੀ, ਪਰ ਜਿਸ ਵਕਤ ਸੱਤਾ ਪਈ ਤਾਂ ਇਹ ਸਪਸ਼ਟ ਦੀ ਥਾਂ ਦੇ ਉੱਤੇ ਵਿਅਸ਼ਟ ਹੋ ਗਈ, ਵੰਡੀ ਗਈ, ਕਮਜ਼ੋਰ ਹੋ ਗਈ, ਇਹਦੇ 'ਚ ਮੈਂ ਆ ਗਈ। ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧ ਪੁੱਛਦੇ ਨੇ ਵੀ ਹੇ ਨਾਨਕ, ਤੇਰੀ ਫਲਸਫਾ, ਤੇਰਾ ਫਲਸਫਾ ਸਾਡੀ ਸਮਝ ਤੋਂ ਬਾਹਰ, ਤੂੰ ਇਹ ਕਹਿੰਦਾ ਹੈ ਵੀ ਇੱਥੇ ਵਾਹਿਗੁਰੂ ਦੇ ਬਿਨਾਂ ਹੋਰ ਹੈ ਕੋਈ ਨਹੀਂ, ਕਿਉਂਕਿ ਤੈਂ ਸਭ ਤੋਂ ਪਹਿਲਾਂ ਜਿਹੜੀ ਗੱਲ ਕਹੀ ਹੈ ਉਹ ਕਿਹਾ ਆਦ ਸੱਚ, ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਵੀ ਸੱਚ, ਵੀ ਇੱਥੇ ਵਾਹਿਗੁਰੂ ਹੀ ਆ, ਹੋਰ ਕੋਈ ਹੈ ਨਹੀਂ। ਪਹਿਲਾਂ ਵੀ ਹੋਈ ਸੀਗਾ, ਜਦੋਂ ਇਹ ਸ੍ਰਿਸ਼ਟੀ ਦਿਖਣ ਲੱਗੀ, ਹਿਲਜੁਲ ਪੈਦਾ ਹੋਈ, ਫਿਰ ਵੀ ਹੋਈ ਸੀਗਾ, ਹੁਣ ਵੀ ਹੋਈ ਹੈ, ਅਤੇ ਜਦੋਂ ਕੁਛ ਵੀ ਨਹੀਂ ਰਹੇਗਾ ਉਸ ਵੇਲੇ ਵੀ ਹੋਈ ਹੋਏਗਾ। ਪਰ ਕਹੋ ਨਾਨਕ ਜਬ ਖੇਰ ਉਜਾਰਾ ਉਜਾੜਾ ਤਬ ਏਕੋ ਏਕ ਓਂਕਾਰ, ਜਦੋਂ ਖੇਰ ਉਜਾੜ ਦਿੱਤਾ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਰ 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 ਅਨੰਤ ਕੋ ਮਿਲੇ। ਇਹ ਤੇਰੀ ਬਾਤ ਅਸੀਂ ਸਮਝ ਲਈ, ਪਰ ਤੂੰ ਸਾਡਾ ਜਵਾਬ ਦੇ ਵੀ ਜੇ ਰੱਬਾ ਤਾਂ ਸੰਸਾਰ ਕਿਵੇਂ ਬਣ ਗਿਆ, ਦੁੱਖ ਕਿੱਥੋਂ ਆ ਗਿਆ? ਕਿਉਂਕਿ ਅਸੀਂ ਕਹਿੰਦੇ ਹਾਂ ਦੁੱਖ ਪ੍ਰਕਿਰਤੀ ਹੈ, ਦੁੱਖ ਰੂਪ ਹੈ, ਛਿਣ ਪੰਦਰ ਹੈ, ਬਦਲਦੀ ਹੈ, ਕਿਰਿਆਸ਼ੀਲ ਹੈ, ਇੱਕ ਰਸ ਨਹੀਂ ਰਹਿੰਦੀ, ਕਦੇ ਤਮੋ ਗੁਣ ਹੁੰਦਾ, ਕਦੇ ਸੁਧੋ ਗੁਣ ਹੁੰਦਾ, ਕਦੇ ਰਜੋ ਗੁਣ ਹੁੰਦਾ। ਇਸ ਕਰਕੇ ਜਿਹੜੀ ਚੀਜ਼ ਬਦਲਦੀ ਹੈ ਉਹਦੇ ਦੁੱਖ ਹੈ, ਦੁੱਖ ਇਹਦੇ ਵਿੱਚੋਂ ਜਾ ਨਹੀਂ ਸਕਦਾ, ਇਹਦੇ 'ਚ ਸੁਭਾਅ ਹੈ ਦੁੱਖ ਦਾ, ਸਾਡੇ ਸਰੀਰ ਪ੍ਰਕਿਰਤੀ ਦੇ ਬਣੇ ਹੋਏ ਨੇ। ਇਸ ਕਰਕੇ ਦੁੱਖ
ਆਦਮੀ ਤੋਂ ਦਾ ਖਹਿੜਾ ਛੱਡਿਆ ਹੀ ਨਹੀਂ ਸਕਦਾ ਕਦੇ ਵੀ ਆਹ ਕਿੱਥੋਂ ਗਿਆ ਜਾਂ ਰੱਬ ਸੀ ਅਤੇ ਸੰਸਾਰ ਕਿੱਥੋਂ ਬਣ ਗਿਆ ਇਹਨੂੰ ਸੰਸਾਰ ਰੱਬ ਇਹ ਕਹਿਣਾ ਚਾਹੀਦਾ ਸੀ ਵੀ ਰੱਬ ਹੈ ਸੰਸਾਰ ਕਹਿੰਦੇ ਹਾਂ ਅਸੀਂ ਤੁਸੀਂ ਵੀ ਸੰਸਾਰ ਕਹਿੰਦੇ ਮਹਾਰਾਜ ਕਹਿੰਦੇ ਸਾਡੇ ਸੰਸਾਰ ਕਹਿਣ ਦਿਆ ਤੁਹਾਡੇ ਵਿੱਚ ਫਰਕ ਹੈ ਅਸੀਂ ਕੰਮ ਚਲਾਉਣ ਵਾਸਤੇ ਇਹਨੂੰ ਦੁਨੀਆ 'ਤੇ ਸੰਸਾਰ ਕਹਿੰਦੇ ਹਾਂ ਤੁਸੀਂ ਇਹਨੂੰ ਪੱਕੀ ਤਰ੍ਹਾਂ ਸੰਸਾਰ ਸਮਝਦੇ ਹੋ ਕਹਿਣ ਲੱਗੇ ਜਿਹੜਾ ਮੈਂ ਹੈ ਨਾ ਤੁਹਾਡੇ ਪਰ ਆਉਂਦਾ ਤੁਹਾਡੀ ਥਿਊਰੀ ਦੇ ਵਿੱਚ ਵੀ ਜਦੋਂ ਅਵੇਅਰਨੈਸ ਆਈ ਰੱਬ ਦੀ ਸ਼ਕਤੀ ਪਈ ਇਹਦੇ ਵਿੱਚ ਆਈ ਐਮ ਹੋ ਗਿਆ ਆਈ ਐਮ ਮੈਂ ਹਾਂ ਮੈਂ ਹਾਂ ਉਹ ਸਾਰੇ ਵਿੱਚ ਹੋ ਗਏ ਅੱਛਾ ਕੋਈ ਉੱਠ ਕੇ ਦਿਖਾਓ ਜਿਹੜਾ ਕਹੇ ਮੈਂ ਹਾਂ ਨਹੀਂ ਮੈਂ ਨਹੀਂ ਹਾਂ ਸਾਰੇ ਬੰਦੇ ਮੈਂ ਹਾਂ ਉਹ ਕਹਿੰਦੇ ਮੈਂ ਹਾਂ ਨੇ ਪਰਮੇਸ਼ਰ ਨੂੰ ਤੋੜ ਕੇ ਇੰਨਾ ਕੁ ਬਣਾ ਤਾ ਉਹ ਦੁੱਖ ਆ ਗਿਆ ਕਿਤੇ ਕਿਤੇ ਵਿਦ ਜਗ ਉਪਜੇ ਪੁਰਖਾ ਕਿਤੇ ਕਿਤੇ ਵਿਦ ਦੁੱਖ ਮਿਲ ਸਜਾਈ ਇਹ ਸਵਾਲ ਸੀ ਮਹਾਰਾਜ ਕਹਿੰਦੇ ਹਾਂ ਮੈਂ ਵਿੱਚ ਜਗ ਉਪਜੇ ਪੁਰਖਾ ਨਾ ਵਿਛੜਿਆ ਇਹ ਸਵਾਲ ਸੋ ਗੁਰੂ ਮਹਾਰਾਜ ਨੇ ਤੱਤ ਕੱਢ ਦਿੱਤਾ ਵੀ ਦੁੱਖ ਦਾ ਇਲਾਜ ਨਾਮ ਹੈ ਮੰਨੇ ਨਾਉ ਸਹੀ ਜਨ ਜਾਏ ਔਰ ਹੀ ਕਰਮ ਨਾ ਦੇਖੇ ਬਾਏ ਬਾਏ ਕਈ ਆਦਮੀ ਮਨੋਂ ਕਰਤ ਬੋਲ ਜੋੜ ਲੈਂਦੇ ਨੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਆਉਂਦਾ ਅਰੇ ਤੁਰ ਨਹੀਂ ਹੈ ਤੁਖੇ ਹੈ ਕਿ ਮੰਨੇ ਨਾਉ ਸਹੀ ਜਨ ਜਾਏ ਉਹ ਜਿੱਤ ਜਾਂਦੇ ਨੇ ਜਿਹਨਾਂ ਨੇ ਨਾਮ ਨੂੰ ਮੰਨ ਲਿਆ ਨਾ ਮੰਨਣਾ ਕੀ ਹੁੰਦਾ ਸੱਚ ਜੋ ਹੈ ਸੱਚ ਇਹ ਜਦ ਮੰਨਿਆ ਗਿਆ ਸਾਡਾ ਵਜੂਦ ਖਤਮ ਹੋ ਗਿਆ ਸਿੱਧਾ ਜਿਹਾ ਸੈਂਟਰ ਵਿੱਚ ਫਾਰਮੂਲਾ ਹੈ ਜਮੈਟਰੀ ਦਾ ਜਿਵੇਂ ਹੁੰਦਾ ਦੁੱਖ ਨੇ ਉਸ ਵੇਲੇ ਤੱਕ ਰਹਿਣਾ ਜਿੱਥੇ ਅਸੀਂ ਕਹਿਣਾ ਮੈਂ ਹਾਂ ਨਹੀਂ ਹਟਦਾ ਜੋ ਲਾ ਲਵੇ ਕੋਈ ਲਾ ਲਵੇ ਮਹਾਰਾਜ ਕਹਿੰਦੇ ਦੁੱਖ ਹੈ ਹੀ ਇਸ ਗੱਲ ਦੇ ਵਿੱਚ ਦੁੱਖ ਤਦੇ ਜਾਂ ਵਿਸਰ ਹੈ ਜਦੋਂ ਵਾਹਿਗੁਰੂ ਜੀ ਭੁੱਲ ਜਾਂਦਾ ਹੈ ਵਾਹਿਗੁਰੂ ਜੀ ਕਿਵੇਂ ਭੁੱਲਦਾ ਮੈਂ ਹੈ ਵਾਹਿਗੁਰੂ ਸਾਰੇ ਕੋਈ ਬੰਦਾ ਐਸਾ ਨਹੀਂ ਜਿਹਦੇ ਯਾਦ ਰਹਿ ਜਾਏਗਾ ਹੋਰ ਸਭ ਰੱਖ ਲੈਂਦੇ ਅਸੀਂ ਗੱਲਾਂ ਬਚਪਨ ਦੀਆਂ ਯਾਦ ਨੇ ਜਦ ਦੋ ਢਾਈ ਸਾਲ ਦੇ ਖੇਡਦੇ ਹੁੰਦੇ ਮੇਰੇ ਯਾਦ ਹੁੰਦੀਆਂ ਮੈਂ ਕਹਿੰਦਾ ਹੇ ਵਾਹਿਗੁਰੂ ਇਹ ਭੁੱਲਦੀਆਂ ਕਿਉਂ ਨਹੀਂ ਅਤੇ ਮੇਰੇ ਉਹ ਵੀ ਗੱਲਾਂ ਯਾਦ ਨੇ ਜਦੋਂ ਮੈਂ ਤੁਰਿਆ ਜਾਂਦਾ ਗਿਰ ਪੈਂਦਾ ਸੀ ਵੀ ਇਹ ਭੁੱਲ ਜਾਣੀਆਂ ਚਾਹੀਦੀਆਂ ਨੇ ਪੰਜ ਸਾਲ ਦੀਆਂ ਵੀ ਯਾਦ ਨੇ ਸਕੂਲ ਦੀਆਂ ਵੀ ਯਾਦ ਨੇ ਇੱਕ ਗੱਲ ਨਹੀਂ ਯਾਦ ਹੈਗੀ ਉਹ ਸਾਰੀਆਂ ਯਾਦ ਮਹਾਰਾਜ ਕਹਿੰਦੇ ਉਹੀ ਗੱਲ ਤੂੰ ਜੇ ਯਾਦ ਕਰ ਲੈਣਾ
ਇੱਕ ਗੱਲ ਹੋਰ ਹਉਮੈ ਚੱਕਣਾ ਚਾਹ, ਇਹ ਹਉਮੈ ਦੇ ਚੱਕਣਾ ਚਾਖ ਦੇ ਵਿੱਚ ਨਾ ਸਾਰਾ ਹੀ ਸੰਸਾਰ ਉੱਧਿਆ ਪਿਆ। ਕਿਹਾ ਜਿਹਾ ਅੱਖਰ ਵਰਤਿਆ ਮਹਾਰਾਜ ਨੇ, ਚੱਕਣਾ ਚਾਖ ਰਜੋਲ ਹੈ, ਰਜੋਲ ਵੀ ਕਹਿੰਦੇ ਕੋਈ ਉੰਨੀ ਪਵਨ ਨਹੀਂ ਸੀ ਉਹਦੇ 'ਚ, ਚੱਕਣਾ ਚਾਖ ਹੈ, ਕੁਛ ਨਹੀਂ ਹੈ, ਸਾਰਾ ਸੰਸਾਰ ਪਾਠ ਵੀ ਕਰਦਾ, ਪੂਜਾ ਵੀ ਕਰਦਾ, ਤੀਰਥ ਯਾਤਰਾ ਵੀ ਕਰਦਾ, ਦਾਨ ਵੀ ਕਰਦਾ, ਮੱਥੇ ਵੀ ਟੇਕਦਾ, ਪੜ੍ਹਦਾ ਵੀ ਹੈ, ਲਿਖਦਾ ਵੀ ਹੈ, ਲਾਇਬ੍ਰੇਰੀਆਂ ਪੜ੍ਹ ਜਾਂਦਾ, ਬੜੇ ਬੜੇ ਗ੍ਰੰਥ ਪੜ੍ਹ ਜਾਂਦਾ, ਬਹੁਤ ਕੁਛ ਕਰ ਰਿਹਾ ਸੰਸਾਰ, ਪਰ ਇਹ ਤਿੰਨਾਂ ਗੁਣਾਂ 'ਚ ਉਲਝਿਆ ਹੋਇਆ, ਰਜੋ ਗੁਣ, ਤਮੋ ਗੁਣ, ਸਤੋ ਗੁਣ 'ਚ ਚੌਥੇ ਪਦ ਵਿੱਚ ਨਹੀਂ ਵੜਦਾ, ਗਾਂਹ ਪੈਰ ਹੀ ਨਹੀਂ ਧਰਦਾ, ਖੁਣੀ ਡਰਦਾ। ਮਹਾਰਾਜ ਕਹਿੰਦੇ ਉਹ ਸਪਸ਼ਟ ਹੈ ਵੀ ਇੱਥੇ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਾ ਹੋਇਆ, ਨਾ ਹੋਣਾ, ਨਾ ਹੋਵੇਗਾ। ਆਪ ਹੀ ਵਾਹਿਗੁਰੂ ਆਪਣੀ ਖੇਲ ਕਰ ਰਿਹਾ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਇਹ ਇੱਕ ਗੱਲ ਯਾਦ ਨਹੀਂ ਹੁੰਦੀ, ਮਹਾਰਾਜ ਕਹਿੰਦੇ ਜੇ ਯਾਦ ਨਹੀਂ ਹੁੰਦੀ ਤਾਂ ਛੱਡਣਾ ਜਾਗ 'ਚ ਘੁੰਮ ਰਿਹਾ ਜੀ, ਤੇਰੇ ਦੁੱਖ ਦਾ ਖਾਤਮਾ ਨਹੀਂ ਹੋਣਾ। ਦੁੱਖ ਦਾ ਖਾਤਮਾ ਨਾਮ ਵਿੱਚ ਪਹੁੰਚ ਕੇ ਹੋ, ਨਾਮ ਦੇ ਵਿੱਚ ਜਦ ਪਹੁੰਚਦਾ ਤੂੰ ਆਪ ਵੀ ਸੁਖੀ, ਸੰਸਾਰ ਵੀ ਸੁਖੀ, ਸੁਖੇ ਸੁੱਖ ਤੇਰੇ ਆਲੇ ਦੁਆਲੇ ਹੋਏਗਾ, ਸੁੱਖ ਦਾ ਅੰਮ੍ਰਿਤ ਚਲੇਗਾ। ਲੇਕਿਨ ਇਸ ਤਰ੍ਹਾਂ ਨਹੀਂ ਸੁਖੀ ਹੋ ਸਕਦਾ ਜਿਵੇਂ ਤੂੰ ਚੱਲ ਰਿਹਾ, ਉਹਦੇ ਬਾਰੇ ਤੈਨੂੰ ਸਮਝਣਾ ਪਏਗਾ। ਇਹ ਗੱਲ ਨੂੰ ਸਮਝਣ ਵਾਸਤੇ ਤੇਰਾ ਇੱਕ ਜਨਮ ਵੀ ਲੱਗ ਸਕਦਾ, ਦਸ ਵੀ ਲੱਗ ਸਕਦੇ ਆ, ਸੌ ਵੀ ਲੱਗ ਸਕਦੇ। ਪਹਿਲਾਂ ਤੇਰੇ ਕਿੰਨੇ ਜਨਮ ਲੰਘ ਗਏ, ਕਰੋੜ ਵੀ ਲੰਘ ਗਿਆ, ਅਰਬ ਵੀ ਲੰਘ ਗਿਆ, ਖਰਬ ਵੀ ਲੰਘ ਗਿਆ, ਇਹਦੀ ਕੋਈ ਗਿਣਤੀ ਨਹੀਂ। ਛਤਵਾਰ ਨਾ ਦੋਗੀ ਜਾਣੇ, ਬੁੱਤਮਾ ਨਾ ਕੋਲ ਜਾ ਕਰ ਤਾਂ ਸਿੱਟੀ ਹੋ ਸਕਦੇ ਆਪੇ ਜਮੇ, ਕਿਉਂਕਿ ਅਸੀਂ ਕਮੇਟੀਆਂ ਖਾਂਦੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਗਰਭ ਹੋਇਓ, ਕਈ ਜਨਮ ਹੈਬਤ ਰੁਖ ਹੋਇਓ, ਮਿਲ ਦੇ ਬੀਜ ਮਿਲਣ ਕੀ ਵਧੀਆ, ਚਰੰਕਾ ਦੇ ਅਰਬਾਂ ਖਰਬਾਂ ਸਾਲ ਘੁੰਮਣ ਤੋਂ ਬਾਅਦ ਦੇ ਹੀ ਮਿਲੀ ਹੈ। ਪਰ ਮਿਲੀ ਹੈ ਇੱਕ ਗੱਲ ਸਮਝਣ ਨੂੰ, ਜੇ ਤਾਂ ਸਮਝ ਗਿਆ, ਜੇ ਤਾਂ ਅਪਣਾ ਲਈ ਤਾਂ ਤੇਰਾ ਖਹਿੜਾ ਛੁੱਟ ਗਿਆ, ਨਹੀਂ ਨਹੀਂ ਛੁੱਟਣਾ। ਕਿੱਡਾ ਹੀ ਗਿਆਨੀ ਹੈ, ਕਿੱਡਾ ਹੀ ਗੁਰਦਾਸਪੁਰ ਹੈ, ਕਿੱਡਾ ਹੀ ਸੰਤ ਹੈ, ਜੋ ਕੁਛ ਜੀ ਕਰਦਾ ਬਣਦਾ, ਖਹਿੜਾ ਨਹੀਂ ਛੁੱਟਣਾ। ਕਿਉਂਕਿ ਤਿੰਨ ਗੁਣਾਂ 'ਚ ਸੰਸਾਰ ਖੇਲਦਾ, ਚੌਥੇ ਪਦ 'ਚ ਮਹਾਂਪੁਰਸ਼ ਨੇ, ਤਿੰਨਾਂ ਗੁਣਾਂ 'ਚ ਆਉਣਾ ਜਾਣਾ ਨਹੀਂ ਮੁੱਕਦਾ, ਕਿਉਂਕਿ ਹਉਮੈ ਦਾ ਮੰਡਲ ਹੈ, ਮੈਂ ਦਾ ਮੰਡਲ ਹੈ, ਇੱਥੇ ਮੈਂ ਨਹੀਂ ਟੁੱਟਦੀ। ਜਿੱਥੇ ਮੈਂ ਦਾ ਮੰਡਲ ਹੈ, ਮੇਰੇ ਦਾ ਮੰਡਲ ਹੈ, ਉਹਨੂੰ ਹਉਮੈ ਦਾ ਮੰਡਲ ਕਹਿੰਦੇ ਨੇ, ਸਿੱਧਾ ਗਿਆ ਸਾਹਿਬ। ਕੋਈ ਉਲਝਣਬਾਜ਼ੀ ਨਹੀਂ ਆਇਆ ਹਉਮੈ ਦੀ, ਇਹ ਹੈ ਵੀ ਮੈਂ ਦੇ ਮੰਡਲ 'ਚ ਘੁੰਮ ਰਹੇ ਹਾਂ, ਅਸੀਂ ਮੇਰੇ ਦੇ 'ਚ ਘੁੰਮ ਰਹੇ ਹਾਂ, ਇਹ ਟੁੱਟੇ ਨਹੀਂ ਸਕਦੇ। ਇੱਕੋ ਤਰੀਕਾ ਹੈ ਇਸ ਟੁੱਟਣ ਦਾ, ਵੀ ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਦਾ ਪੁੱਛੇ ਇੱਛਾ ਹੈ। ਜੇ ਨਾਮ ਦਾ ਪ੍ਰਵੇਸ਼ ਪ੍ਰਕਾਸ਼ ਹੋ ਗਿਆ ਅੰਦਰ, ਤਾਂ ਹਉਮੈ ਦਾ ਨਾਸ਼ ਹੋ ਜਾਏਗਾ। ਹੁਣ ਦੋਵੇਂ ਗੱਲਾਂ ਦੇ ਵਿੱਚੋਂ ਅਸੀਂ ਨਾਮ ਤੋਂ ਵਿਪਰੀਤ ਚੱਲ ਰਹੇ ਹਾਂ, ਨਾਮ ਨਾਮ ਵੱਲ ਕੋਈ ਵੱਧ ਰਿਹਾ, ਦੁੱਖ ਦਾ ਖਾਤਮਾ ਨਹੀਂ ਹੁੰਦਾ,
ਮਹਾਰਾਜ ਕਹਿੰਦੇ ਹੋਮੈ ਚ ਦੁੱਖ ਹੈ, ਇਹਦੇ 'ਚ ਹੋਮੈ ਇਹ ਜਾਤ ਹੈ, ਹੋਮੈ ਕਰਮ ਕਮਾਏ, ਹੋਮੈ ਹੀ ਬੰਦਨਾ ਫਿਰ ਵੀ ਜੂ ਨਹੀਂ ਪਾਏ, ਇਹਨੂੰ ਹਟਾ ਕੌਣ ਲਏਗਾ? ਅਗਲੀ ਅਰਦਾਸ ਭਾਈ ਕਰ ਦੂਗਾ ਸ਼ੀਰ ਦੇ ਉੱਤੇ, ਇਹ ਗੱਲਾਂ ਕੱਚੀਆਂ ਜਿਹੀਆਂ ਨੇ ਸਾਧਨ ਦੀ, ਕੋਈ ਗੁਰੂ ਗ੍ਰੰਥ ਸਾਹਿਬ ਦੇ ਜਦ ਕੁਛ ਵੱਟੀ 'ਤੇ ਲਾਉਂਦੇ ਹਾਂ ਤਾਂ ਠਹਿਰਦੀਆਂ ਨਹੀਂ ਹੈ, ਕਿਉਂਕਿ ਅਗਿਆਨੀ ਮਨ 'ਚੋਂ ਨਿਕਲ ਕੇ ਅਗਿਆਨੀ ਬਾਤਾਂ ਨੇ। ਅਰਦਾਸ ਤਾਂ ਕੋਈ ਇੱਕ ਅੱਧਾ ਭਾਈ ਤਲੋਕੇ ਵਰਗਾ ਹੀ ਆ ਜਿਹੜਾ ਕਰ ਗਏ, ਜਿਹੜੇ ਸੁਣੇ ਜਾਵੇ, ਭਾਈ ਕਟਾਰੂ ਵਰਗਾ ਕੋਈ ਉਹ ਹੈ, ਕਾਠਦੀ ਦਰਬਾਰ ਭਾਈ ਦਰੋਪਦੀ ਦੀ ਸਪਾਪਤੀ ਬਣ ਗਈ, ਉਹਦਾ ਦਰੋਪਦੀ ਹੋ ਸੀ ਜਿਹਦੀ ਅਰਦਾਸ ਸੁਣੀ ਗਈ। ਜੇ ਅਰਦਾਸਾਂ ਸੁਣੀਆਂ ਜਾਣ ਨਾ ਸਾਨੂੰ ਕਰਨਾ ਹੋਵੇ, ਸਾਨੂੰ ਕੋਈ ਦੁਖੀਓ ਨਹੀਂ ਕਰ ਸਕਦਾ, ਸਾਡਾ ਮਾਲਕ ਕਿਤੇ ਛੋਟਾ ਜਿਹਾ, ਆਲ ਪਾਵਰਫੁੱਲ ਮਾਲਕ ਹੈ ਸਾਡਾ, ਕੋਲ ਹੈ ਨੇੜੇ ਤੇ ਨੇੜੇ, ਜਹਿ ਜਹਿ ਵੇਖੋ ਦਹਿ ਹਜ਼ੂਰ ਦੂਰ ਕਦੇ ਨਾ ਜਾਏ, ਰੱਬ ਰਿਹਾ ਸਲੋਤਰ ਮੈਂ ਮਨ ਤਿਸੇ ਤਿਆ। ਇਹ ਦੂਤ ਨਹੀਂ ਵਿਛੜੇ ਤੋਂ ਸੰਗੀ ਗਣੇ, ਜਿਹੜਾ ਵਿਛੜਦਾ ਹੀ ਨਹੀਂ ਹੈ, ਪਰ ਸਾਡਾ ਇਹ ਆ ਵੀ ਅਸੀਂ ਕਦੇ ਉਹਨੂੰ ਯਾਦ ਹੀ ਨਹੀਂ ਕਰਦੇ, ਨਾਮ ਪਾਉ ਕਰਦੇ ਹਾਂ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਸਾਡੇ ਅੰਦਰ ਇੱਕ ਚੀਜ਼ ਹੈ ਜਿਹਨੂੰ ਅੰਤਸ਼ਕਰਨ ਕਹਿੰਦੇ ਨੇ, ਇਹਦੇ ਵਿੱਚ ਇਹ ਗੱਲ ਸਮਾਉਂਦੀ ਨਹੀਂ ਹੈ, ਹੋਰ ਸਮਾਈਆਂ ਹੋਈਆਂ ਨੇ, ਭਰਿਆ ਪਿਆ ਸਾਡਾ ਅੰਤਸ਼ਕਰਨ। ਇੱਕ ਜਨਮ ਦਾ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਨ ਲਾ ਕੀ ਕਾਲਾ ਹੋਇਆ ਸਿਆ, ਖੰਡੀ ਧੋਤੀ ਉਸ ਦਿਨ ਨਾ ਹੋਵੇ ਜੇ ਸੋ ਤੋਂ ਬੋਲਦਾ। ਉਹ ਅੰਤਸ਼ਕਰਨ ਦੇ ਵਿੱਚ ਇਹ ਚੀਜ਼ਾਂ ਗਹਿਰੀਆਂ ਗਈਆਂ ਹੋਈਆਂ ਨੇ, ਪੜਤ ਦੀ ਪੜਤ, ਪੜਤ ਦਰ ਪੜਤ, ਲੱਖਾਂ ਪੜਤਾਂ ਨੇ, ਲੱਖਾਂ ਜਨਮ ਅਸੀਂ ਧਾਰੇ ਨੇ, ਲੱਖਾਂ ਸੰਸਕਾਰ ਸਾਡੇ ਅੰਦਰ ਪਏ ਨੇ। ਜਦ ਨਾਮ ਵਿੱਚ ਸੀ ਅਸੀਂ, ਉਸ ਵੇਲੇ ਪਰਮੇਸ਼ਰ ਦੇ ਵਿੱਚ ਲੀਨ ਸੀਗੇ, ਦੁੱਖ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦ ਅਸੀਂ ਪ੍ਰਕਿਰਤੀ ਦੀ ਜਿਹੜੀ ਹੈ ਸੋਝੀ ਉਹਨੂੰ ਅਪਣਾ ਲਿਆ, ਅਸੀਂ ਦੁਖੀ ਹੋ ਗਏ। ਹੁਣ ਇੱਥੇ ਮੈਂ ਗੱਲ ਮੁਕਾਉਣਾ ਵੀ ਸਾਡੇ ਦੋ ਹਿੱਸੇ ਨੇ, ਇੱਕ ਤਾਂ ਜਿਹੜਾ ਦਿਸਦਾ, ਬੋਲਦਾ, ਚੱਲਦਾ, ਸੁਣਦਾ, ਖਾਂਦਾ, ਪੀਂਦਾ, ਦੁੱਖ ਮੰਨਦਾ, ਸੁੱਖ ਮੰਨਦਾ, ਇਹ ਤਾਂ ਹਿੱਸਾ ਹੈਗਾ ਪ੍ਰਕਿਰਤੀ ਦਾ, ਮੈਟਰ ਦਾ ਬਣਿਆ ਹੋਇਆ। ਇੱਕ ਇਹਦੇ ਵਿੱਚ ਜੋਤ ਹੈ, ਕਰੰਟ ਹੈ, ਉਹ ਨਾ ਤਾਂ ਫੜੀ ਜਾਂਦੀ ਹੈ, ਨਾ ਉਹ ਵੱਢੀ ਜਾਂਦੀ ਹੈ, ਨਾ ਉਹ ਮਰਦੀ ਹੈ। ਉਹ ਇੱਕ ਸਰੀਰ ਨੂੰ ਛੱਡ ਦਿੰਦੀ ਹੈ, ਦੂਆ ਉਹਨੂੰ ਮਿਲ ਜਾਂਦਾ, ਦੂਏ ਨੂੰ ਛੱਡ ਦਿੰਦੀ ਹੈ, ਤੀਆ ਮਿਲ ਜਾਂਦਾ, ਧਾਰਨ ਕਰਦੀ ਮਿਲਦੀ ਹੈ, ਜਿਹੜਾ ਆਦਮੀ ਕੱਪੜੇ ਫੁੱਲ ਕਰ ਦਿੰਦਾ। ਉਹਦਾ ਲੋਅਰ ਲੈਵਲ ਹੈ, ਉਹਨੂੰ ਜੀਵਾਤਮਾ ਕਹਿੰਦੇ ਨੇ। ਜੀਵ ਨਾਲ ਲੱਗਣ ਕਰਕੇ ਨਾ ਇਹ ਦੁਖੀ, ਜੀਵ ਦੁਖੀ ਹੋ ਰਿਹਾ, ਜਾਂ ਅੰਤਸ਼ਕਰਨ ਦੁਖੀ ਹੋ ਰਿਹਾ, ਆਤਮਾ ਨਹੀਂ ਕਦੇ ਵੀ ਦੁਖੀ ਹੁੰਦੀ। ਸੋ ਜਿੰਨੀ ਦੇਰ ਤੱਕ ਅਸੀਂ ਆਤਮ ਸਰੂਪ ਦੇ ਵਿੱਚ ਨਹੀਂ ਪਹੁੰਚਦੇ, ਉਹਨਾਂ ਚਿਰ ਸਾਡਾ ਦੁੱਖ ਖਤਮ ਨਹੀਂ ਹੁੰਦਾ। ਉਹਦੇ ਵਾਸਤੇ ਮੈਂ ਪਿਛਲੀ ਵਾਰੀ ਦੱਸਿਆ ਸੀ ਵੀ ਮਹਾਰਾਜ ਬੜੀ ਸਖ਼ਤ ਤਾੜਨਾ ਕਰਦੇ, ਜਿਨ ਐਸਾ ਨਾਮ ਨਾ ਚੇਤਿਓ ਸੇ ਕਹੇ ਜਾਏਗਾ, ਇਹ ਨਾਮ ਨਾਲ ਕੀ ਫਾਇਦਾ ਉਹਦਾ ਸੰਸਾਰ 'ਚ ਆਉਣ ਦਾ। ਜਿਹਨੇ ਉਹ ਨਾਮ ਨਹੀਂ ਚੇਤਿਆ, ਜਿਹਨੇ ਛੁਡਾ ਦੇਣਾ ਹੈ, ਦੁੱਖਾਂ ਦਾ ਖਾਤਮਾ ਕਰ ਦੇਣਾ ਹੈ, ਜਮਨ ਮਨ ਤੋਂ ਹਟਾ ਦੇਣਾ ਹੈ, ਇੰਨਾ ਪਾਵਰਫੁੱਲ ਬਣਾ ਦੇਣਾ ਜਿੰਨਾ ਰੱਬ ਹੈ, ਫਿਰ ਕਹਿੰਦੇ ਉਹਦੇ ਆਉਣ ਦਾ ਕੀ ਫਾਇਦਾ ਸੰਸਾਰ ਦੇ ਵਿੱਚ।
ਮੈਂ ਦਾ ਭਾਵ ਹਟ ਜਾਣਾ, ਪਰਮੇਸ਼ੁਰ ਚ ਲੀਨ ਹੋ ਜਾਣਾ, ਜਿਉਂ ਜਨਮੇ ਜਾਣਾ ਹੈ ਕਟਾਨਾ, ਤਿਉਂ ਜੋ ਤੀਸਾਂ ਦੀ ਦੋਸਤ ਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਬ੍ਰਹਮ ਕੇ ਸਤਿਗੁਰ। ਮਹਾਰਾਜ ਕਹਿੰਦੇ ਫਿਰ ਦੱਸੋ ਉਹਦੇ ਆਉਣ ਤੱਕ, ਇਹ ਮਾਨਸ ਜਨਮ ਬਲੰਬ ਹੈ, ਨਾਮ ਦਿਨ ਬਿਰਥਾ ਸਭ ਤੋਂ। ਜੇ ਨਾਮ ਦੇ ਵਿੱਚ ਨਿਵਾਸ ਨਹੀਂ ਕੀਤਾ ਤਾਂ ਜਨਮ ਬਿਰਥਾ ਜਾਂਦੇ। ਹੁਣ ਵਰਤਾਇਆ ਨਾਮ ਨਾਲ ਦੂਜੇ ਅੱਗੇ ਭੁੱਖਾ ਪਿਆ। ਮਹਾਰਾਜ ਨੇ ਅਖੀਰ ਫੈਸਲਾ ਦਿੱਤਾ, ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਮ ਕਰਤਾ। ਇਹ ਜੰਮਣਾ ਮਰਨਾ ਸਾਡੇ ਘਰ ਤੋਂ ਨਹੀਂ ਛੱਡਦਾ। ਪਿਛਲੀ ਵਾਰੀ ਮੈਂ ਦੱਸਿਆ ਸੀ ਵੀ ਇਹ ਨਾਮ 'ਤੇ ਪਹੁੰਚਣ ਵਾਸਤੇ ਬਹੁਤ ਸਾਰੀਆਂ ਰਹਿਤਾਂ ਨੇ। ਪਹਿਲੀ ਰਹਿਤਾ ਉਹ ਹੈ ਜਿਹਨੇ ਗੁਰੂ ਧਾਰਿਆ। ਗੁਰੂ ਨੂੰ ਅਸੀਂ ਲਿਮਿਟ ਨਹੀਂ ਕਰ ਸਕਦੇ ਵੀ ਸਾਡਾ ਗੁਰੂ ਹੈ, ਸਾਰਿਆਂ ਦਾ ਗੁਰੂ ਹੈ। ਗੁਰੂ ਦੀ ਕੁਆਲਿਟੀ ਹੁੰਦੀ ਹੈ, ਜਿਹਦਾ ਨਿਸ਼ਚਾ ਆ ਗਿਆ, ਜਿਸ ਨੂੰ ਅਜਿਹਾ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਜਿਹਨੂੰ ਪੂਰਨ ਸੁਖੀ ਹੋ ਜਾਵੇ ਦਿਲੇ 'ਤੇ, ਦੁੱਖ ਦਾ ਨਾਮ ਨਿਸ਼ਾਨ ਖਤਮ ਹੋ ਜਾਵੇ, ਹਰੀਰ ਦੇ ਸਤਿਗੁਰ। ਦੂਜਾ ਮਹਾਰਾਜ ਨੇ ਕਿਹਾ ਘਰ ਮੈਂ ਘਰ ਦਿਖਾਏ ਤੇ ਉਹ ਸਤਿਗੁਰ ਪੁਰਖ ਸਜਾ। ਸਤਿਪੁਰਖ ਜਿਨ ਜਾਣੇ ਆ ਸਤਿਗੁਰ ਸਿਸਕਾ ਨਾਓ। ਉਹ ਸਤਿਗੁਰੂ ਰਹਿਤ ਦਿੰਦਾ, ਉਹ ਐਵੇਂ ਪੈਸੇ ਨਹੀਂ ਇਕੱਠੇ ਕਰਦਾ। ਉਹ ਆਪਣੇ ਪਿਛਲੇ ਪਿੱਛੇ ਲੱਗਣ ਵਾਲਿਆਂ ਨੂੰ ਦੱਸਦਾ ਵੀ ਮੈਂ ਤੈਨੂੰ ਲੈ ਕੇ ਜਾਣਾ ਸੁੱਖਾਂ ਦੇ ਵਿੱਚ, ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ। ਤੂੰ ਮੇਰੇ ਪਾਸ ਆਇਆ, ਮੈਨੂੰ ਗੁਰੂ ਮੰਨਿਆ। ਸਾਡੇ ਜਿਹੜੀ ਸਾਡੀ ਸੰਪਰਦਾ ਹੈ, ਸਿੱਖ ਸੰਪਰਦਾ, ਇਹਦੇ ਵਿੱਚ ਬੜੇ ਧਿਆਨ ਦੇ ਨਾਲ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ ਨਾ, ਪੰਜ ਪਿਆਰੇ ਉਸ ਵੇਲੇ ਸਾਨੂੰ ਕੁਛ ਰਹਿਤਾਂ ਦੱਸਦੇ ਨੇ, ਜਿਹੜੀਆਂ ਜਿਹਨਾਂ ਦੀ ਹੱਦ ਅਸੀਂ ਪਾਰ ਨਹੀਂ ਕਰ ਸਕਦੇ। ਗਾਹਾਂ ਨੂੰ ਤਾਂ ਜਾ ਸਕਦੇ, ਪਿੱਛੇ ਨੂੰ ਨਹੀਂ ਜਾ ਸਕਦੇ। ਪਿੱਛੇ ਨੂੰ ਜਾਵਾਂਗੇ ਅਸੀਂ ਗਿਰ ਜਾਵਾਂਗੇ। ਉਹ ਰਹਿਤਾਂ ਦੇ ਨਾਲ ਕਰਹਿਤਾਂ ਦੱਸਦੇ ਨੇ ਵੀ ਇਹ ਕਰਹਿਤਾਂ ਦੀ ਜਿਹੜੀ ਹੱਦ ਹੈ, ਪਿੱਛੇ ਨੂੰ ਪਾਰ ਨਾ ਕਰ ਜਾਓ। ਜੇ ਤੁਸੀਂ ਪਾਰ ਕਰ ਗਏ ਤਾਂ ਤੁਸੀਂ ਗੁਰੂ ਨਾਲ ਟੁੱਟ ਜਾਵੋਗੇ, ਗੁਰੂ ਦੀ ਬਰਕਤ ਹਟ ਜਾਏਗੀ। ਗੁਰੂ ਨਾਲ ਸੰਬੰਧ ਤੁਹਾਡਾ ਜਵਾਨੀ ਗੁਲਾਮੀ ਰਹਿ ਗਈ। ਗੁਰੂ ਭੋਲਾ ਹੁੰਦਾ, ਜਿਹੜਾ ਕੁਛ ਵੀ ਮੰਗੋ ਦੇ ਹੀ ਜਾਂਦਾ, ਦੁਨੀਆਂ ਦੇ ਹੀ ਜਾਂਦਾ, ਜੋ ਮੰਗੇ, ਜੋ ਮੰਗੇ ਸੋਈ ਸੋਈ ਪਾਵੇ, ਛੇ ਵਾਰ ਕੇ ਕਰਨ ਦਿੱਤਾ। ਉਹਦਾ ਇਹ ਹੁੰਦਾ ਵੀ ਕਦੇ ਤਾਂ ਆਊਗਾ ਹੀ, ਕਦੇ ਆਊਗਾ। ਗੁਰੂ ਭਰਾ ਬਣਾਉਂਦਾ ਸਭ ਦਾ, ਸਤਿਗੁਰ ਸਭ ਦਾ ਭਰਾ ਬਣਾਇਆ, ਅਤੇ ਇਹਦਾ ਬੁਰਾ ਕਿਉਂ ਹੈ। ਉਹ ਸਤਿਗੁਰੂ ਕਹਿੰਦਾ ਵੀ ਤੂੰ ਨਾ ਇਹ ਰਹਿਤਾ ਰੱਖ। ਪਰਮੇਸ਼ੁਰ ਕਹਿੰਦਾ ਮੈਂ ਜਿੱਥੇ ਬੋਲਿਆ ਮੈਂ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਦੱਸਦਾ। ਇਹ ਗੁਰੂ ਨਹੀਂ ਬੋਲੇ, ਜੇਕਰ ਕੋਈ ਕਹੇ ਵੀ ਗੁਰੂ ਬੋਲੇ ਨੇ। ਕਈ ਗਲਤੀ ਨਾਲ ਕਹਿੰਦੇ ਨੇ ਬਈ ਜੇ ਕਬੀਰ ਸਾਹਿਬ ਨੇ ਐਂ ਕਿਹਾ। ਇੱਕ ਵਾਰੀ ਵੀ ਬੈਠਾ ਕਹੀ ਜਾ, ਕਬੀਰ ਸਾਹਿਬ ਨੇ ਐਂ ਕਿਹਾ, ਬਹੁਤ ਕਬੀਰ ਸਾਹਿਬ ਨੇ ਕਿਹਾ, ਤੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਐਂ ਕਹਿੰਦੇ ਨੇ, ਇਹਦੀ ਮੰਡੀਆਂ ਕਿਉਂ ਪਾਉਂਦਾ ਤੂੰ? ਇਹ ਸਮੁੱਚਾ ਗੁਰੂ ਗ੍ਰੰਥ ਸਾਹਿਬ ਹੈ। ਜੇ ਗੁਰੂ ਨਾਨਕ ਸਾਹਿਬ ਐਂ ਕਹਿੰਦੇ ਨੇ, ਬੜੇ ਨਾਸਤਿਕ ਜਿਹੇ ਬੰਦੇ ਹੁੰਦੇ ਨੇ, ਗੁਰੂ ਅੰਗਦ ਸਾਹਿਬ ਨੂੰ ਹੋਰ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੂੰ ਹੋਰ ਕਹਿੰਦੇ ਨੇ। ਇਹ ਤਾਂ ਜਿਹੜੀ ਬਾਣੀ ਹੈ ਨਾ, ਧੋਤੀ ਬਾਣੀ ਹੈ, ਧੋਤੀ ਬਾਣੀ ਆਈ ਸਗਲੇ ਚਿੰਤ ਮਟਾਏ। ਹੁਣ ਆਪਾਂ ਬੋਲ ਨਾ ਜਾਣਦਾ ਮੈਂ ਕਹਿ ਸਭ ਕਮਾਓ ਜੀ। ਇਸ ਬਾਣੀ ਦੇ ਵਿੱਚ ਇੱਕ ਥਾਂ ਬੜਾ ਹੀ ਸਿਖਾਲਾ ਲਿਖਿਆ ਹੋਇਆ, ਮੈਂ ਪਿਛਲੀ ਵਾਰ ਵੀ ਦੱਸਦਾ ਸੀ
ਉਹ ਇਹ ਹੈ ਵੀ ਜੇ ਨਾਮ ਲੈਣਾ ਨਾ ਤਾਂ ਪਹਿਲਾਂ ਭਾਂਡੇ ਨੂੰ ਸਾਫ਼ ਕਰ, ਭਾਂਡਾ ਤੇਰਾ ਮੈਲਾ ਹੈ, ਜਨਮਾਂ ਜਨਮਾਂਤਰਾਂ ਦੇ ਸੰਸਕਾਰ ਇਹਦੇ ਵਿੱਚ ਜਮ੍ਹਾਂ ਹੋਏ ਪਏ, ਕਿੰਨਾ ਕੁ ਮੈਲਾ ਹੈ ਮਹਾਰਾਜ ਕਹਿੰਦੇ ਜਿਹੜੀ ਆਖਰੀ ਹੱਦ ਹੈ ਨਾ ਮੈਲ ਦੀ, ਉਨਾ ਮੈਲਾ ਸਾਨੂੰ ਫਿਕਰ ਹੋਣਾ ਚਾਹੀਦਾ ਵੀ ਇਹ ਭਾਂਡਾ ਉਨਾ ਮੈਲਾ ਜਿੱਥੇ ਆਖਰੀ ਹੱਦ ਹੈ। ਮਹਾਰਾਜ ਕਹਿੰਦੇ ਭਾਂਡਾ ਅਤਮਲੀਨ, ਅੱਤ ਕਹਿੰਦੇ ਨੇ ਐਕਸਟ੍ਰੀਮ ਨੂੰ, ਆਖਰੀ ਹੱਦ ਤੱਕ ਇਹ ਭਾਂਡਾ ਮੈਲਾ। ਕਹਿੰਦੇ ਧੋਤਾ ਅੱਛਾ ਨਾ ਹੋ, ਇਹ ਜਿਹੜੀਆਂ ਚੀਜ਼ਾਂ ਨਾਲ ਤੂੰ ਧੋਣਾ ਇਹਦੇ ਨਾਲ ਇਹ ਭਾਂਡਾ ਨਹੀਂ ਨਿਖੜਨਾ, ਚਾਹੇ ਲੱਖ ਵਾਰੀ ਇਸ਼ਨਾਨ ਕਰ ਲੈ ਗੰਗਾ ਦੇ ਵਿੱਚ ਬੈਠਾ ਰਹਿ ਤਾਂ ਵੀ ਇਹ ਹੋਣਾ। ਹੁਣ ਤਾਂ ਗੰਗਾ ਭਲਾ ਪਲੂਟ ਹੋ ਗਈ, ਕਿਸੇ ਜ਼ਮਾਨੇ 'ਚ ਉਹਦਾ ਪਾਣੀ ਸੁਥਰਾ ਗਿਣਿਆ ਜਾਂਦਾ ਸੀ। ਕਹਿੰਦੇ ਜਿੰਨਾ ਧੋਣਾ ਧੋਣਾ, ਇਹ ਇਹ ਕਾਂਸੀ ਵਰਗਾ, ਕਾਂਸੀ ਦਾ ਭਾਂਡਾ ਅੱਜ ਕੱਲ੍ਹ ਤਾਂ ਦੇਖਿਆ ਨਹੀਂ ਬਹੁਤਿਆਂ ਨੇ, ਉਹ ਚਮਕਦਾ ਬਹੁਤ ਹੁੰਦਾ, ਉਜਲ ਕਹਿਣ ਚਿੰਗਣਾ ਚਮਕਣਾ ਘੁੱਟਮ ਕਾਲੜੀ ਮੱਚਦਿਆਂ ਜੋ ਉਹਨੂੰ ਰਗੜੋ ਹੱਥ ਕਾਲਾ ਹੋ ਜਾਵੇ। ਉਹ ਮੈਲ ਕਾਂਸੀ ਦੇ ਭਾਂਡੇ ਦੀ ਕੋਈ ਖਤਮ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਇੰਨਾ ਮੈਲ ਹੈ ਤੂੰ ਅਤਮਲੀ, ਇਹ ਇਸ ਤਰ੍ਹਾਂ ਧੋਤਾ ਨਹੀਂ ਹੋਣਾ। ਅੱਛਾ, ਇਹਦੇ ਵਾਸਤੇ ਜੇ ਧੋ ਲਿਆ ਫਿਰ ਇਹ ਹੈ ਵੀ ਉਹਨੂੰ ਪ੍ਰਵਾਨ ਕਰੇ ਵਾਹਿਗੁਰੂ, ਜਿਹਨੂੰ ਅਸੀਂ ਮਿਲਣਾ ਉਹ ਵੀ ਕਹੇ ਨਾ ਵੀ ਹਾਂ ਇਹ ਹੁਣ ਸੁਥਰਾ, ਫਿਰ ਇਹ ਗੱਲ ਬਣਦੀ ਹੈ। ਭਾਂਡਾ ਅੱਛਾ ਸੋਏ ਜੋ ਤਿਸ ਭਾਵ ਤੁਧ ਭਾਵ ਸੀ, ਜਿਹੜਾ ਉਹਨੂੰ ਭਾਂਡਾ ਭਾ ਗਿਆ ਇਹ ਸਰੀਰ ਭਾ ਗਿਆ। ਹੁਣ ਮਹਾਰਾਜ ਕਹਿੰਦੇ ਇਹਦੇ 'ਚ ਕੀ ਹੈ, ਇਹ ਤਨ ਮਾਇਆ ਪਾਇਆ ਪਿਆਰੇ ਲੀਤਲਾ ਲਵ ਰੰਗਾ, ਇਹ ਮੇਰਾ ਕੰਤਲਾ ਭਾਵੇ ਚੁਰਲਾ ਪਿਆਰੇ ਕਿਉਂ ਧਨ ਸਿੱਧ। ਉਹ ਇੱਕ ਆਦਮੀ ਗੰਦ ਬੰਦ ਨਾਲ ਲਪੇੜ ਕੇ ਕੋਈ ਕੱਪੜਾ ਪਾਇਆ ਹੋਇਆ, ਨੇੜੇ ਦੀ ਨਹੀਂ ਕੋਈ ਲੰਘਣ ਦਾ, ਉੱਥੇ ਅਸੀਂ ਵੀ ਕਹਾਂ ਰੁਕ ਰੁਕੋ ਇਸ ਬੰਦੇ ਨੂੰ, ਇਹਦੀ ਬਦਬੂ ਇੱਥੇ ਤੱਕ ਫੈਲ, ਇੰਨਾ ਆਤਮ ਲੀਨ ਚੋਲਾ ਪਾਈ ਫਿਰਦਾ, ਨੇੜੇ ਨਹੀਂ ਕੋਈ ਆਉਣ ਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪਿਆਰਿਆ ਪਹਿਲਾਂ ਭਾਂਡਾ ਧੋ, ਭਾਂਡੇ 'ਚ ਮੈਲਾਂ ਕਿੰਨੀਆਂ ਲੱਗੀਆਂ ਹੋਈਆਂ ਨੇ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਕਿੰਨੀਆਂ ਕੁ ਮੈਲਾਂ ਹੈ। ਜਦ ਤੱਕ ਅਸੀਂ ਮੈਲ ਦੂਰ ਨਹੀਂ ਕਰਦੇ ਭਾਂਡਾ ਅੱਛਾ ਨਹੀਂ ਹੁੰਦਾ। ਇਹਦੇ ਵਿੱਚ ਅਮਰਤ ਕਿਵੇਂ ਪਾ ਲਉਂਗੇ, ਮੈਂ ਪਿਛਲੀ ਵਾਰ ਦੱਸਿਆ ਸੀ ਵੀ ਇੱਕ ਜ਼ਿਮੀਂਦਾਰ ਸੰਤਾਂ ਨੂੰ ਭੇਜ ਜਾਂਦਾ ਸੀ, ਜਿਵੇਂ ਨਾਮ ਦੇ ਦਿਉ ਨਾਮ ਦੇ ਦਿਉ, ਸੰਤਾਂ ਨੇ ਕਿਹਾ ਵੀ ਇਹ ਦਰਜੀ ਹਟਦਾ ਕੋਈ ਜੁਗਤੀ ਵਰਤੀ ਹੈ। ਉਹ ਨਿੱਧ ਪਾ ਕੇ ਚਿੱਪੀ ਦੇ ਵਿੱਚ ਜਾ ਕੇ ਸਤਨਾਮ ਕਹਿਤਾ, ਉਹ ਆਟੇ ਦਾ ਲੱਭ ਭਰ ਲਿਆ, ਉਹਨਾਂ ਨੇ ਆ ਕੇ ਕਰ ਉਹਦੇ ਪਾਇਆ ਨਾ, ਕਹਿੰਦੇ ਪਾ ਦੇ ਪ੍ਰੇਮੀਆਂ, ਕਹਿੰਦਾ ਜੀ ਲਿੱਦ ਨਾਲ ਭਰਿਆ, ਤੈਨੂੰ ਕੀ ਲਿੱਦ ਨਾਲ ਭਰੇ, ਮੈਂ ਤਾਂ ਆਟਾ ਖਾਣਾ ਲਿੱਤਾਂ ਨਹੀਂ ਖਾਣੀ। ਕਹਿੰਦਾ ਮਲੀਨ ਹੋ ਜਾਏਗਾ, ਕਿਸੇ ਕੰਮ ਦਾ ਨਹੀਂ ਰਹਿਣਾ। ਕਹਿੰਦਾ ਤੈਂ ਕੀ ਲੈਣਾ, ਤੂੰ ਪਾ ਦੇ ਆਟਾ। ਫਿਰ ਉਹਨੇ ਆਟਾ ਵਾਪਸ ਲੈ ਗਿਆ, ਦੋਵੇਂ ਦਿਨ ਫਿਰ ਆਇਆ ਸੰਤਾਂ ਕੋਲ, ਕਹਿਣ ਲੱਗਿਆ ਮਹਾਰਾਜ ਮੈਨੂੰ ਨਾਮ ਦੇ ਦਿਓ। ਉਹ ਕਹਿੰਦੇ ਉਹ ਪ੍ਰੇਮੀਆ ਮੇਰੇ ਤਾਂ ਇੰਨੀ ਕੁ ਲਿੱਦ ਪਾਈ ਹੋਈ ਸੀ, ਤੇਰਾ ਆਟਾ ਕਿੰਨੇ ਦਾ, ਦੋ ਪੈਸੇ ਦਾ ਆਉਣਾ। ਉਹ ਨਾਮ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ, ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ,
ਅੱਜ ਤੱਕ ਦੁਨੀਆ 'ਚ ਆਇਆ ਨਹੀਂ ਕੋਈ ਐਸਾ ਬੰਦਾ ਜਿਹੜਾ ਨਾਮ ਦੀ ਕੀਮਤ ਜਾਣਦਾ ਹੋਵੇ। ਹਾਂ, ਮਹਿਮਾ ਜਿਹੜੀ ਨਾਮ ਦੀ ਹੈ ਉਹਨੂੰ ਕੇਵਲ ਸਾਧੂ ਜਨ ਜਾਣਦੇ ਆ, ਹੋਰ ਸੰਸਾਰ ਨੂੰ ਨਹੀਂ ਪਤਾ ਵੀ ਨਾਮ ਦੀ ਮਹਿਮਾ ਕੀ ਹੁੰਦੀ। ਐਸਾ ਫਰਮਾਨ ਹੈ ਮਾਰੂ ਸਵਾਏ ਇਹਦੇ 'ਚ, ਵੈਰ ਭਾਵ ਇਹਦੇ 'ਚ, ਕੋਈ ਗਿਣਤੀ ਮਿਣਤੀ ਹੈ ਤੂੰ ਇਹਦੇ ਵਿੱਚ ਨਾਮ ਮੈਂ ਤਾਂ ਮੰਗਦਾ, ਤੂੰ ਐਂ ਦੋ ਪੈਸੇ ਦਾ ਆਟਾ ਮੇਰੀ ਚਿੱਪੀ 'ਚ ਨਾ ਪਾ ਸਕਦਾ। ਸੋ ਭਾਂਡਾ ਜਿੰਨੀ ਦੇਰ ਤੱਕ ਸੁਥਰਾ ਦਿੰਦਾ ਹੈ, ਨਾਮ ਨਹੀਂ ਵਸਦਾ ਕਦੇ ਵੀ ਸਾਥ। ਪਿਛਲੀ ਵਾਰੀ ਮੈਂ ਵਿਚਾਰ ਕਰੀ ਸੀ, ਇਹਦੇ 'ਚ ਕੁਛ ਡੂ ਐਂਡ ਡੋਂਟਸ ਹੁੰਦੇ ਨੇ। ਜੇ ਗੱਲ ਸਾਡੇ ਸਮਝ ਪੈ ਜਾਵੇ ਨਾ ਚੰਗੀ ਤਰ੍ਹਾਂ ਦੇ ਨਾਲ, ਅੱਜ ਕੱਲ੍ਹ ਤਾਂ ਕੋਈ ਔਖੀ ਨਹੀਂ, ਮੈਂ ਬੋਲਦਾ ਟੇਪ ਹੋ ਰਿਹਾ, ਇਹ ਤਾਂ ਹੈ ਨਹੀਂ ਵੀ ਭੁੱਲ ਜਾਓਗੇ। ਜੇ ਸਾਡੇ ਸਮਝ ਪੈ ਗਿਆ ਕਰ,
ਸਾਰੇ ਦੁੱਖਾਂ ਤੋਂ ਅਸੀਂ ਬਰੀ ਹੋ ਸਕਦੇ। ਜੇ ਭਾਂਡਾ ਧੋਣ ਦੀ ਸਾਨੂੰ ਜਾਚ ਆ ਜਾਵੇ ਅਤੇ ਉਹਨਾਂ ਗੱਲਾਂ ਦੀ ਜਾਚ ਆ ਜਾਵੇ ਜਿਹਨਾਂ ਦੇ ਕਰਕੇ ਅਸੀਂ ਚੜ੍ਹਾਈ ਕਰ ਲਈਏ, ਪੌੜੀ ਹੱਥ ਵਿੱਚ ਆ ਗਈ। ਸਭ ਤੋਂ ਪਹਿਲਾਂ ਇਹ ਹੁੰਦਾ ਕਿ ਭਾਂਡਾ ਧੋਣਾ ਭਾਈ ਕਿਉਂ ਧੋਣ ਵਾਸਤੇ ਸਾਨੂੰ ਕਹੀ ਜਾਂਦੇ ਹਾਂ। ਅਸੀਂ ਕਹਿੰਦੇ ਤੁਹਾਡੇ ਦੁੱਖਾਂ ਦਾ ਖਾਤਮਾ ਹੋ ਜਾਏਗਾ, ਇੱਕ ਵੀ ਦੁੱਖ ਨਹੀਂ ਰਹੇਗਾ, ਕਿੱਡਾ ਹੀ ਦੁੱਖ ਕਿਉਂ ਨਾ ਹੋਣ, ਦੁੱਖ ਦੀ ਪਰਿਭਾਸ਼ਾ ਹੀ ਖਤਮ ਹੋ ਜਾਏਗੀ, ਦੁੱਖ ਰਹੇਗਾ, ਦੁੱਖ ਨਾ ਹੀ ਸਭ ਸੁਖੀ ਹੈ। ਉਸ ਅਵਸਥਾ ਚ ਲੈ ਜਾਏਗਾ ਜਿੱਥੇ ਆਰੇ ਨੂੰ ਭਾਈ ਮਤੀ ਦਾਸ ਨੇ ਕਿਹਾ ਬਈ ਯਾਰਾ ਮੈਨੂੰ ਪਿਆਰਾ ਲੱਗ ਰਿਹਾ ਕਿਉਂਕਿ ਮੈਨੂੰ ਵਾਹਿਗੁਰੂ ਨਾਲ ਬੁਲਾਉਣਾ। ਜਿੱਥੇ ਠਾਠ ਨਾਮਧਾਰੀ ਸਿੰਘਾਂ ਨੇ ਇਹ ਗੱਲ ਕਹੀ ਵੀ ਇਹ ਤੋਪ ਤੋਪ ਤਾਂ ਸਾਡੀ ਮੁਕਤ ਦਾਤੀ ਹੈ, ਤੋਪ ਲੱਗੀ ਨਾ ਪਿਆਰੀ, ਤੋਪ ਦੇ ਮੂਹਰੇ ਕੌਣ ਹੈ ਜਿਹੜਾ ਨੱਠ ਕੇ ਜਾਵੇ। ਇੱਕ ਦੂਏ ਤੋਂ ਅੱਗੇ ਜਾਣਾ ਚਾਹੁੰਦੇ ਸੀ, ਉਹਨੇ ਮਿਸਟਰ ਕਾਬਲ ਨੇ ਪਿੱਠਾਂ ਬਣਾਤੀਆਂ, ਪਿੱਠ ਕਰਤੀ। ਉਹ ਸੀ ਕਰਨੀ ਵਾਲੇ ਭਾਈ ਹੀਰਾ ਸਿੰਘ ਜਿਹੜੇ ਸੰਤ ਸੀਗੇ, ਸ਼ਕਤੀਆਂ ਵਾਲੇ ਸੀ, ਉਹ ਪਲੀਤਾਂ ਦੇ ਜਾਣ ਤੋਪ ਚੱਲੇ ਨਾ, ਪਲੀਤਾਂ ਦੇ ਜਾਣ ਤੋਪ ਚੱਲੇ ਨਾ, ਉਹ ਔਖਾ ਖਿਜੇ ਉਹਨਾਂ ਨੂੰ ਨਾਭੇ ਦੇ ਤੋਪਖਾਨੇ ਦੀਆਂ ਤੋਪਾਂ ਸੀ, ਕਹਿੰਦਾ ਕੈਸੀ ਤੋਪਾਂ, ਕਹਿੰਦੇ ਜੀ ਅਸੀਂ ਤਾਂ ਸਾਰਾ ਕੁਛ ਕਰ ਲਿਆ, ਪਲੀਤਾਂ 'ਚ ਅੱਗ ਨਹੀਂ ਫੜ ਗਿਆ। ਉਹ ਭਾਈ ਹੀਰਾ ਸਿੰਘ, ਸੰਤ ਹੀਰਾ ਸਿੰਘ ਕਹਿਣ ਲੱਗਿਆ ਮਿਸਟਰ ਕਾਬਲ ਅਸੀਂ ਕ੍ਰਿਮੀਨਲ ਨਹੀਂ ਹਾਂ, ਅਸੀਂ ਚੋਰ ਜਾਂ ਡਾਕੂ ਨਹੀਂ ਹੈਗੇ, ਅਸੀਂ ਆਪਣੇ ਦੇਸ਼ ਦਾ ਹਾਰਾ ਨਾਰਾ ਮਾਰਦੇ ਹਾਂ, ਤੂੰ ਆ ਕੇ ਸਾਡੇ ਦੇਸ਼ 'ਤੇ ਕਬਜ਼ਾ ਕਰ ਲਿਆ, ਸਾਡੀ ਕਲਚਰ ਬਦਲਾ ਦਿੱਤੀ, ਤੂੰ ਸਾਨੂੰ ਪਾੜਨ ਵਾਸਤੇ ਗਊਆਂ ਜਵਾ ਕਰਾਉਣ ਲੱਗ ਗਿਆ, ਅਤੇ ਤੂੰ ਫਿਰ ਹਾਰਾ ਸ਼ੇਰੀ ਦਿੰਦਾ ਉਹਨਾਂ ਨੂੰ ਜਿਹੜੇ ਇਹ ਕੰਮ ਕਰਦੇ ਨੇ, ਕਦੇ ਤੂੰ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਕੋਲ ਬੁੱਚੜਖਾਨਾ ਖੋਲਦਾ, ਕਦੇ ਤੂੰ ਰਾਏਕੋਟ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਖੋਲਦਾ, ਅਸੀਂ ਗਰਾਹ ਦਾ ਕੋਈ ਕਰਿਆ ਨਹੀਂ ਹੈ, ਇਸ ਤਰ੍ਹਾਂ ਤੈਨੂੰ ਅਸੀਂ ਕਹਿੰਦੇ ਵੀ ਤੂੰ ਕਿਉਂ ਸਾਡੇ ਦੇਸ਼ ਨੂੰ ਵੱਲੋਂ ਵੱਲੀ ਮੱਲਿਆ ਆ ਕੇ, ਅਸੀਂ ਦੇਸ਼ ਭਗਤ ਹਾਂ, ਗੁਰੂ ਦੇ ਸਿੰਘ ਹਾਂ, ਇਕੱਲੇ ਇਕੱਲੇ ਦੇ ਰੋਮ ਰੋਮ ਦੇ ਵਿੱਚ ਨਾਮ ਰਚਿਆ ਪਿਆ, ਤੇਰੇ ਤੋਪਾਂ ਸਾਨੂੰ ਉਡਾ ਦੇਣੀ ਹੈ, ਗਾਈ ਜਾਂ ਪਤੀ ਪਲੀਤੇ ਜਿੰਨੇ ਲਾਓ। ਪਰ ਆਹ ਦੇਖ ਤੈਨੂੰ ਦਿਸਦਾ ਨਹੀਂ ਇਹਨਾਂ ਹੈ, ਔਰ ਗੁਰੂ ਤੇਗ ਬਹਾਦਰ ਸਾਹਿਬ ਜਹਾਜ਼ ਲੈ ਕੇ ਆਏ ਨੇ, ਇਕੱਲਾ ਵਿਮਾਨ ਲੈ ਕੇ ਨਹੀਂ ਆਏ, ਉਹ ਸ਼ਹੀਦਾਂ ਦੇ ਲਿਜਾਣ ਲਈ ਵਿਮਾਨ ਤਿਆਰ ਖੜ੍ਹਾ, ਅਸੀਂ ਦੇਰ ਤੋਂ ਕਰਦੇ ਹਾਂ ਸਾਨੂੰ ਸ਼ਹੀਦ ਕਰਨ ਵਿੱਚ, ਸਾਡੀ ਛੱਤ ਰੱਸੇ ਖੋਲ੍ਹਦੇ, ਅਸੀਂ ਉੱਠ ਕੇ ਜਫੀ ਪਾਵਾਂਗੇ, ਮੁਕਤ ਦਾਤੀ ਹੈ, ਇਹ ਸਰੀਰ ਨੇ ਤਾਂ ਜਾਣਾ ਹੀ ਜਾਣਾ ਹੈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚ ਜਾਣਾ, ਅਸੀਂ ਮਰਨਾ ਥੋੜ੍ਹਾ ਹਾਂ, ਆਤਮਾ ਵੀ ਕਦੇ ਮਰੀ ਹੈ, ਔਰ ਉਸੇ ਖੋਲ੍ਹਦੇ ਖੋਲ ਕੇ ਉਹਨਾਂ ਨੇ ਜੱਫੀਆਂ ਪਾ ਦੀਆਂ, ਤੋਪ ਚੱਲਦੀ ਹੈ, ਸਿਰ ਕਿਧਰੇ, ਕਾਲ ਕਿਧਰੇ, ਲੱਤਾਂ ਕਿਧਰੇ, ਜਾਇਆ ਜਾਂਦਾ ਦੂਆ ਨੱਠ ਕੇ ਆ,
ਉਹ ਇਸ ਕਰਕੇ ਆਉਂਦਾ, ਉਹਨੂੰ ਪਤਾ ਹੈ ਵੀ ਇਹ ਸਰੀਰ ਛੱਡਣ ਤੋਂ ਬਾਅਦ ਮੈਨੂੰ ਸਦਾ ਦਾ ਸੁੱਖ ਪ੍ਰਾਪਤ ਹੋ ਜਾਣਾ, ਦੁੱਖ ਨਹੀਂ ਹੋਣਾ, ਉਹਦਾ ਨਿਸ਼ਚਾ ਹੈ। ਸੋ ਇਹਨਾਂ ਅਵਸਥਾਵਾਂ ਨੂੰ ਪ੍ਰਾਪਤ ਕਰਨ ਵਾਸਤੇ ਸਾਧਨ ਦੀ ਸਭ ਤੋਂ ਪਹਿਲਾ ਜਿਹੜਾ ਨਿਸ਼ਚਾ ਹੈ ਨਾ, ਯਾਦ ਕਰ, ਉਹ ਹੈ ਕਿ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਮੈਨੂੰ ਦੇਖ ਰਿਹਾ। ਪੇਖਤ ਸੁਣਤ ਸਦਾ ਹੈ ਸੰਗੇ, ਮੈਨੂੰ ਦੇਖਦਾ ਵੀ ਹੈ, ਮੇਰੀ ਗੱਲ ਵੀ ਸੁਣ ਰਿਹਾ। ਹੁਣ ਇਹ ਗੱਲਾਂ ਨੂੰ ਸਾਨੂੰ ਨਿਸ਼ਚਾ ਆਉਂਦਾ ਕੋਈ? ਇਹੋ ਜਿਹਾ ਮਾਇਆ ਪਰਦਾ ਪਾਉਂਦੀਆਂ, ਨਹੀਂ ਨਿਸ਼ਚਾ ਆਉਂਦਾ। ਕਹਿੰਦੇ ਮੈਨੂੰ ਦੇਖ ਵੀ ਰਿਹਾ, ਸੁਣ ਵੀ ਰਿਹਾ, ਹਾਂ ਮੂਰਖ ਜਾਣਿਆ ਦੂਰੀ ਰਹੇ, ਪਰ ਮੈਂ ਮੂਰਖ ਐਡਾ ਬਲੜੀ ਫੂਲ ਹਾਂ, ਮੈਂ ਰੱਬ ਨੂੰ ਕਹਿੰਦਾ ਸਾਨੂੰ ਕਿਸੇ ਸਤਵੇਂ ਇਸ ਵਾਰ ਦਾ ਖਬਰਾਂ ਸੁਣੋ ਕਿ ਨਹੀਂ ਸੁਣੋ। ਨੇੜੇ ਨਹੀਂ ਅਸੀਂ ਜਾਣੇ, ਜਿਨ੍ਹਾਂ ਨੇ ਨੇੜੇ ਜਾਣੇ ਆ ਉਹ ਮਰਨ ਤੋਂ ਡਰਿਆ ਕਰਦੇ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਬਾਜੀਆ ਪੂਰਨ ਪਰਮ ਆਨੰਦ। ਕਿਉਂਕਿ ਵਾਹਿਗੁਰੂ ਦਾ ਨਿਸ਼ਚਾ ਹਰ ਹਾਲਤ ਵਿੱਚ ਇਸ ਰਸਤੇ ਦੇ ਤੁਰਨ ਵਾਸਤੇ ਰਹਿ, ਵਾਹਿਗੁਰੂ ਦੇ ਉੱਤੇ ਪ੍ਰਤੀਤ ਦੀ ਲੋੜ ਹੈ। ਵਾਹਿਗੁਰੂ ਤਾਂ ਗੁਰੂ ਦਾ ਇੱਕ ਰੂਪ ਹੈ। ਮਹਾਰਾਜ ਨੇ ਕੰਡੀਸ਼ਨਲ ਕਰ ਦਿੱਤਾ ਬਈ ਜੇ ਤਾਂ ਪ੍ਰਤੀਤ ਤੇਰੇ ਮਨ ਵਿੱਚ ਹੈ ਤਾਂ ਤੂੰ ਨਾਮ ਦੇ ਮਾਰਗ ਤੇ ਚੱਲੇਗਾ, ਜੇ ਨਹੀਂ ਨਹੀਂ ਚੱਲ ਸਕਦਾ, ਨਹੀਂ ਤੂੰ ਖਪਤ ਹੈ, ਕਿਉਂਕਿ ਤੈਨੂੰ ਰਾਹ ਦੱਸਣ ਵਾਲਾ ਕੋਈ ਨਹੀਂ ਆਇਆ ਅਤੇ ਨਾ ਰਸਤੇ ਤੂੰ ਚੱਲਣਾ ਚਾਹੁੰਦਾ, ਐਵੇਂ ਕੋਲੂ ਦੇ ਬੈਰ ਮੰਗਣ ਘੁੰਮੀ ਜਾਂਦਾ, ਤੈਨੂੰ ਰਾਹ ਨਹੀਂ ਕੋਈ ਮਿਲ ਰਿਹਾ, ਕਿਤੇ ਤਰੱਕੀ ਨਹੀਂ ਤੂੰ ਕਰ ਰਿਹਾ, ਕਿਸੇ ਕਿਨਾਰੇ 'ਤੇ ਨਹੀਂ ਪਹੁੰਚ ਰਿਹਾ। ਕਿਨਾਰੇ 'ਤੇ ਪਹੁੰਚਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਜਜ਼ਬਾ, ਉਹ ਪ੍ਰਤੀਤ ਦਾ
ਹੈ ਬੰਨ ਗੁਰ ਕੀ ਪ੍ਰਤੀਤ, ਤਿਸ ਦਾ ਰਾਵ ਹੈ ਆਪਣਾ ਪ੍ਰਤੀਤ। ਜਦੋਂ ਤਾਈਂ ਪ੍ਰਤੀਤ ਇਹ ਨਹੀਂ ਆਈ, ਕਨੈਕਸ਼ਨ ਜੁੜੇ ਨਹੀਂ ਸਕਦਾ ਕਿਉਂਕਿ ਤਾਰ ਟੁੱਟੀ ਹੋਈ, ਲਾਈਟ ਆ ਨਹੀਂ ਸਕਦੀ ਅੰਦਰ ਜਿੰਨਾ ਚਿਰ ਪ੍ਰਤੀਤ ਨਹੀਂ ਵਾਹਿਗੁਰੂ ਤੇ ਗੁਰੂ ਤੇ। ਜਦ ਗੁਰੂ ਦੇ ਪ੍ਰਤੀਤ ਆ, ਗੁਰੂ ਦੇ ਬਚਨ ਤੇ ਪ੍ਰਤੀਤ ਆ, ਉਹ ਨਹੀਂ ਗੁਰੂ ਦੇ ਬਚਨ ਤੇ ਪ੍ਰਤੀਤ ਨੇ ਦੇਖਿਆ ਸਾਡਾ ਸੁਖਾ ਜੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀਤ ਕਰਦੇ ਹਾਂ। ਮੈਂ ਕਹਿੰਦਾ ਮੈਂ ਤਾਂ ਕਰਦਾ ਨਹੀਂ ਹਾਂ, ਤੁਸੀਂ ਕਰਦੇ ਹੋ ਬਹੁਤ ਵਧੀਆ। ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਵੀ ਗੱਲ ਨਹੀਂ ਅਸੀਂ ਮੰਨ ਰਹੇ, ਪ੍ਰਤੀਤ ਕਾਹਦੀ ਹੈ, ਪ੍ਰਤੀਤ ਆਈ ਤਾਂ ਅਸੀਂ ਮੰਨਣਾ ਚਾਹੀਏ ਇਹ ਗੱਲ। ਗੁਰੂ ਕਹਿੰਦਾ ਦਿਨ ਰਾਤ ਨਾਮ ਜਪ, ਉੱਠਦਾ ਬੈਠਦਾ ਸੌਂਦਾ ਜਾਗਦਾ ਤਾਂ ਤੇਰਾ ਸਫ਼ਰ ਮੁੱਕਣਾ। ਤੂੰ ਸਫ਼ਰ ਨੂੰ ਦਮ ਕਿੱਦਾਂ ਵਿਗੜਾ, ਸਫ਼ਰ ਹੈ ਤੇਰੇ ਦਮ ਨੇ, ਕਰੋੜਾਂ ਜਨਮਾਂ ਤੋਂ ਦੁੱਖ ਪਾਉਂਦਾ ਫਿਰਦਾ, ਆਹ ਲਾ ਦੇ ਆ ਜਨਮ ਇਸ ਪਾਸੇ ਜੀ। ਬਾਲ ਬੱਚੇ ਕਿਵੇਂ ਪਾਲੂ? ਕਹਿੰਦੇ ਬਾਲ ਬੱਚੇ ਵਾਹਿਗੁਰੂ ਨੇ ਇੰਤਜ਼ਾਮ ਕਰਿਆ ਹੋਇਆ, ਤੈਨੂੰ ਸੋਝੀ ਦਿੱਤੀ ਹੋਈ ਜਾਂ ਬੁੱਧੀ ਦਿੱਤੀ ਹੋਈ ਜਾਂ ਤੇਰੇ ਸਰੀਰ ਨੇ ਕੰਮ ਕਰਨਾ, ਹੁਕਮ 'ਚ ਚੱਲ ਰਿਹਾ ਤੇਰਾ ਸਰੀਰ, ਤੂੰ ਇਹ ਨਾ ਕਹਿ ਮੈਂ ਕਰਦਾ ਜਾਂ ਮੈਂ ਕਰਦਾ ਫਸ ਗਿਆ। ਤੂੰ ਮੋਸਟ ਜਿਹੜਾ ਫਸਟ ਪ੍ਰਾਇਰਟੀ ਦਾ ਕੰਮ ਹੈ ਭਈ ਪ੍ਰਾਪਤ ਮਨੁੱਖ ਦੇਵ ਰਿਹਾ ਗੋਬਿੰਦ ਮਿਲ ਕੇ, ਇਹ ਤੇਰੀ ਵਾਰੀ ਅਵਰ ਕਾਲ ਤੇਰੇ ਕਿਤੇ ਰੱਖ। ਦੇਖ ਲਓ ਵਿਚਾਰ ਕੇ ਵੀ ਬਾਕੀ ਦੇ ਕੰਮ ਜਿਹੜੇ ਕਰਦਾ ਉਹ ਕੰਮ ਵੀ ਆਉਣਗੇ ਕਿਤੇ, ਬਣੇ ਬਣਾਏ ਕੋਠੀਆਂ ਪਈਆਂ ਪਵਾਈਆਂ, ਲੱਖਾਂ ਕਰੋੜਾਂ ਰੁਪਏ ਬੈਂਕਾਂ 'ਚ ਧਰੇ ਧਰਾਏ, ਚਾਰ ਭਰਾ ਲਈ ਜਾਂਦੇ ਨੇ ਮੋਢਿਆਂ 'ਤੇ, ਹੁਣ ਕੀ ਕਰੂਗਾ, ਗਈ ਕੋਈ ਚੀਜ਼ ਨਾਲ? ਮਹਾਰਾਜ ਕਹਿੰਦੇ ਜੇ ਮਾਤ ਪਿਤਾ ਸੁੱਤ ਵੀ ਤੇਰਾ ਭਾਈ ਮਾਨੂ ਹਾਂ ਨਾਮ ਤੇਰੇ ਸੰਸਾਰ, ਜੈ ਮਾਂ ਭੈਣ ਦੂਤ ਜਨਮ ਦਾ ਲੈਤਾ ਕੇਵਲ ਓਨਲੀ ਨਾਮ ਸੰਗ ਤੇਰੇ ਚੱਲ, ਜੇ ਮੁਸ਼ਕਲ ਹੋਵੇ ਅੱਤ ਭਾਰੀ ਹਰ ਕੋ ਨਾਮ ਖਿਲਵਾ ਉਹਦਾ, ਤੇਰੇ ਨਾਲ ਨਾਮ ਨੇ ਜਾਣਾ। ਸਹਾਇਤਾ ਵਾਲੀ ਚੀਜ਼ ਨੇ, ਦੁੱਖ ਦੇਣ ਵਾਲੀਆਂ ਚੀਜ਼ਾਂ ਵੀ ਜਾਂਦੀਆਂ। ਮਹਾਰਾਜ ਕਹਿੰਦੇ ਹਾਂ ਜਿਹੜੇ ਤਾਂ ਪਾਪ ਕਰੇ ਨੇ ਨਾ, ਨੰਗਾ ਦੋਸਤ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਤਾਰੋ ਗੁਣ ਪਛੋਤਾ, ਉਹ ਪਛਤਾਉਂਦੀ ਜਾਓ ਤੇਰੀ ਰੂਹ, ਤੈਂ ਮਰਨਾ ਨਹੀਂ ਹੈ, ਸਰੀਰ ਤਾਂ ਤੇਰਾ ਜਾਲ ਦਿੱਤਾ ਜਾਏਗਾ, ਪਰ ਇਹਦੇ ਵਿੱਚੋਂ ਜਿਹੜੀ ਜੋਤੀ ਨਿਕਲਣੀ ਹੈ ਨਾ, ਮੈਂ ਉਹ ਕਾਲੀ ਕਰਦੀ, ਉਹ ਲਾਈਟ ਵਾਲੀ ਜੋਤੀ ਨਹੀਂ ਦੇਣੀ, ਜਨਮ ਗਵਾ ਲਿਆ ਬੈਠਾ। ਗੱਲ ਸਮਝ ਨਹੀਂ ਆਈ, ਤੇਰੀ ਪ੍ਰਤੀਤ ਨਹੀਂ ਆਈ ਗੁਰੂ ਤੇ, ਤਾਂ ਨਹੀਂ ਗਾਹ ਗੱਲ ਚੱਲਦੀ। ਪ੍ਰਤੀਤ ਪਹਿਲਾਂ ਜ਼ਰੂਰੀ ਹੈ। ਕਹਿੰਦੇ ਨੇ ਮਹਾਂਪੁਰਸ਼ ਕਈ ਵਾਰੀ ਇੱਥੇ ਸਾਖੀਆਂ ਸੁਣਾਉਂਦੇ ਨੇ, ਉਹਨਾਂ ਦੇ ਜੇ ਕੋਈ ਕਿੰਤੂ ਕਰੇ ਉਹ ਅਸੀਂ ਜਵਾਬ ਨਹੀਂ ਦਿੰਦੇ, ਇਸ ਕਿ ਅਸੀਂ ਵੀ ਸੁਣੀਆਂ ਨੇ, ਤੁਹਾਨੂੰ ਸੁਣੀ ਸੁਣਾਈ ਦੱਸੀ ਹੈ, ਅੱਖਾਂ ਨਾਲ ਨਹੀਂ ਅਸੀਂ ਦੇਖੇ। ਤੁਸੀਂ ਇਹਦਾ ਪਾਪ ਸਮਝ ਕੇ ਗੱਲ ਕਰੋ, ਅੱਖਾਂ ਨਾਲ ਜਿਹੜੀਆਂ ਦੇਖੀਆਂ ਨੇ ਅਸੀਂ ਉਹਨਾਂ ਨੂੰ ਵੀ ਨਹੀਂ ਮੰਨਦੇ। ਕਥਾ ਕਰਦਾ ਸੀ ਪੰਡਿਤ ਕਿਸੇ ਸ਼ਹਿਰ 'ਚ, ਉੱਥੇ 5-7 ਮੀਲ ਤੋਂ ਇੱਕ ਬੀਬੀ ਆਇਆ ਕਰਦੀ ਸੀ ਬਲਟੋਈ ਚੱਕ ਕੇ, ਗਾਗਰ ਕਹਿੰਦੇ ਹੁੰਦੇ, ਚੱਕ ਲਿਆਉਣੀਆਂ ਨੇ ਸਿਰ 'ਤੇ, ਇੱਥੇ ਦੁੱਧ ਦੇਈ ਜਾਣਾ। ਆਮ ਤੌਰ 'ਤੇ ਗੁੱਜਰ ਜਾਤ ਸੀ ਜਿਹੜੀ ਪਹਿਲਾਂ ਦੁੱਧ ਵੇਚਦੀ ਨਹੀਂ, ਹੁਣ ਤਾਂ ਸਾਰੇ ਹੀ ਵੇਚਦੇ ਨੇ, ਉਹਨਾਂ ਦਾ ਕੰਮੇ ਦੁੱਧ ਵੇਚਣਾ, ਸਪਲਾਇਰ ਸੀਗੇ ਦੁੱਧ, ਕੋਈ ਮਾੜਾ ਕੰਮ ਨਹੀਂ ਸੀ। ਦੁੱਧ ਲਿਆ ਕੇ ਦਰਵਾਜ਼ੇ ਅੱਗੇ ਹਾਜ਼ਰ ਕਰ ਦਿੰਦੇ ਸੀ, ਸੇਵਾ ਵੀ ਸੀ ਰੋਟੀ ਵੀ ਸੀ।
ਉਹ ਰੋਜ਼ ਦੇਖਿਆ ਕਰੇ ਵੀ ਆਹ ਸਤਸੰਗ ਹੁੰਦਾ, ਇਹ ਕਿਉਂ ਬੈਠਦੇ ਨੇ ਲੋਕ ਇੰਨੇ। ਇੱਕ ਦਿਨ ਦੁੱਧ ਵਿੱਚ ਗਿਆ ਛੇਡੇ ਕੇ ਦੇ ਆਏ, ਆ ਕੇ ਖੜ੍ਹੀ ਹੋ ਗਈ। ਉਹ ਜਦ ਖੜ੍ਹੀ ਹੋਈ ਉੱਥੇ ਇੱਕੋ ਵਚਨ ਸੀਗਾ ਜਿਹੜਾ ਬਾਕੀ ਰਹਿ ਗਿਆ, ਉਹਨੇ ਕਿਹਾ ਵੀ ਜਿਹੜਾ ਰਾਮ ਦਾ ਨਾਮ ਹੈ ਇਹ ਭਵ ਸਾਗਰ ਤੋਂ ਪਾਰ ਕਰ ਦਿੰਦਾ। ਹੁਣ ਵਿਚਾਰੀ ਨੂੰ ਪਤਾ ਨਹੀਂ ਸੀ ਵੀ ਭਵ ਸਾਗਰ ਕੀ ਹੁੰਦਾ, ਉਹ ਸੁਣਨ ਲੱਗ ਗਈ ਵੀ ਇਹ ਭਵ ਸਾਗਰ ਕੀ ਹੋਇਆ ਤਾਂ ਮੈਂ ਸੁਣਿਆ ਨਹੀਂ ਅੱਜ ਤੱਕ। ਇਹਨਾਂ ਨੂੰ ਉਹ ਪੰਡਿਤ ਜੀ ਫਿਰ ਬੋਲੇ, ਕਹਿੰਦੇ ਭਵ ਸਾਗਰ ਜਿਹੜਾ ਹੁੰਦਾ ਨਾ ਸਮੁੰਦਰ, ਉੱਛਲ ਵਾਲਾ ਸਮੁੰਦਰ, ਉਹਨੂੰ ਭਵ ਸਾਗਰ ਕਹਿੰਦੇ, ਉਹ ਤੋਂ ਪਾਰ ਲੰਘਾਉਂਦੇ ਖੁਸ਼ ਹੋ। ਕਹਿਣ ਲੱਗੀ ਦੇਖੋ ਇਹ ਕਈਆਂ ਜਿਹੀਆਂ ਗੱਲਾਂ ਦੱਸਦੇ ਨੇ, ਆ ਤਾਂ ਕਮਾਲ ਹੀ ਹੋ ਗਈ। ਮੇਰੇ ਰਸਤੇ ਵਿੱਚ ਨਦੀ ਪੈਂਦੀ ਹੈ ਥੋੜ੍ਹੀ ਜਿਹੀ 20-25 ਫੁੱਟ ਦੀ ਚੜ੍ਹਾਈ ਆ ਹੈਗੀ ਗਹਿਰੀ, ਉਹਦੇ ਵਿੱਚੋਂ ਨਹੀਂ ਮੈਂ ਲੰਘਦੀ, ਉਹ ਤੇਜ਼ ਚੱਲਦੀ ਆ ਰੋੜ ਕੇ ਲੈ ਗਈ, ਅਤੇ ਮੈਂ 2 ਮੀਲ ਉੱਤੇ ਨੂੰ ਜਾਂਦੀ ਹਾਂ, 2 ਮੀਲ ਇਸ ਰਸਤੇ 'ਤੇ ਆਉਣ ਨੂੰ ਹੇਠਾਂ ਨੂੰ ਫੇਰ ਆਉਂਦੀ ਹਾਂ, 4 ਮੀਲ ਦਾ ਰੋਜ਼ ਮੈਨੂੰ ਸਫ਼ਰ ਪੈਂਦਾ। ਵੀ ਆਹ ਤਾਂ ਦੇਖ ਲਓ ਕਿਸੇ ਦੀ ਵਧੀਆ ਚੀਜ਼ ਦੱਸਤੀ ਵੀ ਰਾਮ ਦਾ ਨਾਮ ਲੰਘਾ ਦਿੰਦਾ। ਉਹ ਕਹਿੰਦੇ ਹੁਣ ਭੁਲਾਉਣਾ ਨਹੀਂ, ਉੱਥੇ ਹੀ ਕਰਨ ਲੱਗ ਗਈ ਰਾਮ 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 ਕਰਦੀ ਕਰਦੀ ਨਦੀ ਦੇ ਕੰਢੇ ਗਈ। ਉਹ ਬਿਲਕੁਲ ਉਹਦੇ ਮਨ 'ਚ ਆਈ ਉਹ ਨਹੀਂ ਦੂਜੀ ਗੱਲ ਵੀ ਡੁੱਬ ਜੂਗੀ ਮੈਂ, ਉਹ ਉਮੀਦ ਕਰਕੇ ਲੰਘ ਗਈ, ਖੁਸ਼ ਹੋ ਗਈ ਹੈ ਕਿਆ ਥੋੜ੍ਹਾ ਮੰਤਰ ਕਿਆ ਬਾਤ ਲੱਭੀ ਲੈ ਨੇੜੇ ਹੀ ਪਈ ਸੀ ਗੱਲ। ਉਹ ਕਿੰਨਿਆਂ ਦਿਨਾਂ ਪਿੱਛੋਂ ਖਿਆਲ ਆਇਆ ਵੀ ਉਹ ਪੰਡਿਤ ਜੀ ਨੂੰ ਮੈਂ ਜੇ ਘਰ ਬੁਲਾਵਾਂ, ਪ੍ਰਸ਼ਾਦਾ ਛਕਾਵਾਂ, ਦੰਦ ਘਸਾਈ, ਦਕਸ਼ਣਾ ਦੇਵਾਂ, ਵਸਤਰ ਦੇਵਾਂ, ਤਾਂ ਵੀ ਥੋੜ੍ਹੀ ਜਿਹੀ ਸੇਵਾ ਹੈ। ਉਹ ਪੰਡਿਤ ਜੀ ਨੂੰ ਮਨਾ ਲਿਆ ਉਹਨੇ ਵੀ ਪੰਡਿਤ ਜੀ ਅੱਜ ਨੇੜੇ ਗਿਆ ਪਿੰਡ ਸਾਡਾ, ਦੂਰ ਨਹੀਂ ਹੈਗਾ, ਅਤੇ ਉੱਥੇ ਜਿਹੜਾ ਤੈਨੂੰ ਨਾਲ ਲਈ ਆਉਂਦੀਆਂ ਮੂਹਰੇ ਨਦੀ ਆ ਗਈ। ਪੰਡਿਤ ਦੇਖਦਾ ਵੀ ਨਾ ਕੋਈ ਕਿਸ਼ਤੀ ਹੈ ਨਾ ਕੋਈ ਇੱਥੇ ਲੰਘਾਉਣ ਵਾਲਾ, ਇਹ ਇਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਮੂਹਰੇ ਤੁਰ ਜਾਂਦੀ ਆ, ਰਾਮ 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 ਕਹਿੰਦੇ ਪਾਰ ਹੋ ਗਏ। ਪੰਡਿਤ ਖੜ੍ਹਾ, ਕਥਾਕਾਰ ਖੜ੍ਹਾ, ਕਹਿੰਦੇ ਆ ਜਾਓ ਆ ਜਾਓ, ਤੁਸੀਂ ਆਏ ਕਿਉਂ ਨਹੀਂ ਹੋ? ਕਹਿੰਦਾ ਨਦੀ ਹੈ, ਕਹਿੰਦੇ ਇਹ ਭਵ ਸਾਗਰ ਤਾਂ ਨਹੀਂ ਨਾ ਹੈ, ਨਿੱਕੀ ਜਿਹੀ ਨਦੀ ਹੋਈ ਹੈ, ਤੁਸੀਂ ਤਾਂ ਕਿਹਾ ਸੀਗਾ ਵੀ ਸਮੁੰਦਰ ਉਹ ਪਾਰ ਲੰਘਾ ਹੁੰਦਾ ਹੈ ਪਰਮੇਸ਼ਰ ਦਾ ਨਾਮ, ਆਹ ਤਾਂ ਨਿੱਕੀ ਜਿਹੀ ਨਦੀ ਹੈ, 20 ਫੁੱਟ ਚੌੜੀ ਹੋਣੀ ਹੈ, 25 ਫੁੱਟ ਚੌੜੀ ਹੋਣੀ ਹੈ, ਵੱਧ ਤੋਂ ਵੱਧ ਤੁਸੀਂ ਰਾਮ ਰਾਮ ਕਰਕੇ ਲੰਘੋ। ਪੰਡਿਤ ਫਸ ਗਿਆ, ਮੇਰੀ ਪ੍ਰਤੀਪੁਰ ਤਾਂ ਹੈ ਨਹੀਂ, ਮੈਂ ਤਾਂ ਐਵੇਂ ਕਥਾ ਹੀ ਕਰਦਾ, ਕਥਾ ਕਰਨ ਵਾਲੇ ਸਾਰੇ ਕਥਾ ਕਰਦੇ ਆ, ਹੁੰਦਾ ਨਹੀਂ ਪ੍ਰਤੀਤ ਨਹੀਂ ਹੁੰਦੀ, ਪ੍ਰਤੀਤ ਵਾਲਾ ਤਾਂ ਇੱਕ ਅੱਧਾ ਲੱਭ ਜਾਂਦਾ ਨਾ, ਇੱਕੋ ਹੀ ਬੰਦਾ ਉਹੀ ਧਾਰ ਦਿੰਦਾ ਸਾਰਿਆਂ ਨੂੰ। ਗੁਰਮੁਖ ਕੋਟ ਅਰਦਾਸ ਦਾ ਦੇ ਨਾਮ ਹੈ ਇੱਕ ਕਰੀ। ਉਹ ਜਿਸ ਵਕਤ ਪੰਡਿਤ ਨੇ ਕਿਹਾ ਹੋਏ ਦੇਖ ਹੀ ਲੈਂਦੇ ਹਾਂ, ਖਬਰ ਹੈ ਰਾਮ ਦੇ ਨਾਮ 'ਚ ਤਾਕਤ ਹੋਵੇ ਹੀ, ਉਹਦਾ ਰਾਮ 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 ਕਰਕੇ ਨਾ ਪੈਰ ਰੱਖਿਆ ਨਦੀ ਉੱਥੋਂ ਡੂੰਘੀ ਸੀ, ਉਹ ਗੋਤੇ ਖਾਣ ਲੱਗ ਗਿਆ। ਉਹ ਕਹਿੰਦੀ ਪੰਡਿਤ ਜੀ ਮਹਾਰਾਜ ਦਾਦਾ ਜੀ ਰਾਮ ਰਾਮ ਕਹੋ ਰਾਮ ਰਾਮ ਕਹੋ, ਮਥਾ ਬਾਹਰ ਨਿਕਲਿਆ ਕੰਢੇ ਭਿੱਜਿਆ ਪਿਆ ਅਤੇ ਤੁੜਦੇ ਨੇ ਕੱਪੜੇ। ਉਹ ਕਹਿੰਦੇ ਤੁਸੀਂ ਰਾਮ ਰਾਮ ਨਹੀਂ ਕਿਹਾ, ਹਾਰ ਕੇ ਕਹਿਣ ਲੱਗਾ, ਕਹਿੰਦਾ ਬੀਬੀ ਤੇਰੇ ਵਾਲਾ ਹੀ ਰਾਮ ਨਾਮ ਲੰਘਾਉਂਦਾ, ਮੇਰੇ ਵਾਲਾ ਨਹੀਂ ਲੰਘਾਉਂਦਾ, ਮੇਰੇ ਵਾਲਾ ਨਹੀਂ ਲੰਘਾਉਂਦਾ, ਤੇਰੇ ਵਾਲੇ ਨਹੀਂ ਲੰਘਾਉਂਦਾ। ਉੱਥੇ ਇੱਕ ਸਲੋਕ ਉਚਾਰਿਆ ਕਿਸੇ ਬੜੇ ਵਿਦਵਾਨ ਨੇ,
ਕਹਿੰਦੇ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਸ਼ਚਾ ਕਿਹਦੇ ਨਾਲ ਆਇਆ ਰਿਹਾ ਢੇਡ ਘਾਟੇ। ਨਿਸ਼ਚਾ ਪ੍ਰਤੀਤ ਹੱਦ ਤੋਂ ਜ਼ਿਆਦਾ ਜ਼ਰੂਰੀ ਹੈ। ਜੇ ਰੱਬ ਦੇ ਰਾਹ 'ਤੇ ਚੱਲਣਾ ਨਾ ਤਾਂ ਨਿਸ਼ਚਾ ਜ਼ਰੂਰੀ ਹੈ। ਮੈਂ ਪਿਛਲੀ ਵਾਰੀ ਤੋਂ ਐਤਵਾਰ ਪਹਿਲਾਂ ਸੁਣਾਈ ਸੀ ਗੱਲ, ਉਹ ਸਾਰਿਆਂ ਨੇ ਸੁਣੀ ਹੋਈ ਆ ਵੀ ਮੇਰੇ ਮਨ 'ਚ ਆ ਗਿਆ ਸੀ ਵੀ ਕਾਹੇ ਦੇ ਮਨ 'ਚ ਉਦਮ ਦਾ ਹਰ ਜੋ ਭਰਿਆ, ਮੇਰੇ ਕੋਲ ਪੈਸਾ ਪੂਸਾ ਕੋਈ ਹੈ ਨਹੀਂ ਸੀ, ਸਿੱਧ ਦੀ ਗੱਲ ਹੈ। ਉਹ ਜਿਹੜਾ ਸੀਗੇ ਮੈਂ ਦੇ ਤੇ, ਮੈਂ ਕਿਹਾ ਉਦਮ ਮੈਂ ਰੋਜ਼ ਹੋਟਲ 'ਚ ਜਾਂਦਾ ਰੋਟੀ ਖਾਂਦਾ ਅਤੇ ਮਹਾਰਾਜ ਕਹਿੰਦੇ ਵੀ ਤੂੰ ਕਿਉਂ ਤੇਰਾ ਆਹਾਰ ਤਾਂ ਰੱਬ ਨੇ ਦੇਣਾ। ਉਹ ਤਿੰਨ ਕੁ ਦਿਨ ਤਾਂ ਮੈਂ ਭੁੱਖਾ ਰਿਹਾ ਪਰ ਮੇਰਾ ਨਿਸ਼ਚਾ ਨਹੀਂ ਟੁੱਟਿਆ ਅਤੇ ਨਾ ਦੇਣਾ ਸੀ। ਮੈਂ ਉੱਪਰ ਨੂੰ ਦੇਖਦਾ ਰਿਹਾ ਕਰਾਂ, ਉਹ ਜਿਹੜਾ ਮੋਗਾ ਸੀਗਾ ਉਹਦੀ ਟੀਨ ਪਈ ਸੀ ਨਾ ਢੱਕਣ ਵਾਲੀ, ਉਹ ਮੈਂ ਪਾਸੇ ਕਰਦੀ, ਮੈਂ ਕਿਤੇ ਇਹਨਾਂ ਰੁਕਾਵਟ ਪਾਉਂਦੀ ਹੋ। ਇੰਨਾ ਸਿੱਧਾ ਸੀ ਜਿਵੇਂ ਬਹੁਤ ਸਿੱਧਾ ਅਲੱਗ ਉਹਦਾ ਇੰਨਾ ਸਿੱਧਾ ਹੈ ਨਾ, ਅੱਜ ਸਾਨੂੰ ਉਪਦੇਸ਼ ਦੇ ਰਿਹਾ। ਉਹ ਤਿੰਨ ਦਿਨ ਲੱਗ ਗਈ, ਮੈਂ ਜ਼ੋਰ ਬਣਾ ਪਾਇਆ ਰੱਬ 'ਤੇ ਵੀ ਤੂੰ ਭੇਜ। ਮੈਂ ਕਿਹਾ ਮਹਾਰਾਜ ਦਾ ਹੁਕਮ ਹੈ ਵੀ ਇਹ ਤਾਂ ਆਉਣਾ ਹੀ ਆਉਣਾ ਆਹਾਰ ਮੇਰਾ। ਉਹ ਤੀਜੇ ਦਿਨ ਮੇਰਾ ਦਰਵਾਜ਼ਾ ਖੜਕਿਆ ਜ਼ੋਰ ਨਾ ਹੋਏ, ਪਰ ਬੀਬੀ ਗੁਆਂਢ ਸੀਗੀ ਉਹ ਪ੍ਰਸ਼ਾਦਾ ਦੇ ਗਿਆ। ਮੈਂ ਸਾਰੇ ਦੂਜੇ ਦਿਨ ਹੋਰ ਆ ਗਿਆ, ਤੀਜੇ ਦਿਨ ਹੋਰ ਆ ਗਿਆ, ਆਉਣਾ ਸ਼ੁਰੂ ਹੋ। ਮੈਂ ਕਿਹਾ ਮੈਂ ਤਾਂ ਨਹੀਂ ਕਿਹਾ ਹੈਗਾ ਵੀ ਰੋਜ਼ ਤੂੰ ਬਦਲ ਬਦਲ ਕੇ ਦੇ, ਮੈਂ ਤਾਂ ਕਿਹਾ ਵੀ ਤੂੰ ਮੈਨੂੰ ਇੱਥੇ ਬੈਠੇ ਨੂੰ ਦੇ ਜਾ, ਮੈਂ ਤੇਰਾ ਭਜਨ ਕਰੀ ਜਾਊ 24 ਘੰਟੇ। ਉਹ ਫਿਰ ਮੈਂ ਲੰਮੀ ਗੱਲ ਆ ਤੁਹਾਨੂੰ ਦੱਸੀ ਹੋਈ ਹੈ। ਉਹ ਮੈਂ ਦੱਸਦਾ ਵੀ ਇੱਕੋ ਲਾਈਨ 'ਤੇ ਮੇਰਾ ਆਇਆ ਸੀ ਨਿਸ਼ਚਾ, ਕਾਇਰ ਮਨ ਚਾਇ ਉਦੋਂ ਜਾਂ ਹਰ ਹਰ ਜੋ, ਇਹ ਮੇਰੇ ਯਾਦ ਆ ਨਿਸ਼ਚਾ ਤਾਂ ਹੋਰਾਂ 'ਤੇ ਵੀ ਆਉਣਾ, ਪਰ ਇਹ ਮੈਂ ਪ੍ਰਤਿਆ ਕੇ ਦੇਖਿਆ। ਉਹ ਸਾਡੇ ਅੰਦਰ ਪ੍ਰਤੀਤ ਨਹੀਂ ਆ ਰਹੀ, ਪਰ ਕਹਿੰਦੇ ਵੀ ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ। ਕਾਰਜ ਸਿੱਧੇ ਨਹੀਂ ਹੋਣੇ, ਤੇਰੇ ਵਾਹਿਗੁਰੂ ਕੰਮ ਕਰੇਗਾ ਆਪ ਆ ਕੇ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਹਨਾਂ ਨੂੰ ਨਾਮ ਦੇ ਨਾਲ ਪਿਆਰਾ, ਕਹਿੰਦੇ ਰੱਬ ਕੰਮ ਕਰੂ ਉਹਦੇ ਆ ਕੇ। ਧੰਨਾ ਵੀ ਭੋਲਾ ਹੀ ਸੀ, ਉਹ ਭੋਲੇ ਨੇ ਰੱਬ ਨੂੰ ਇਹਨਾਂ ਜਾਣ ਦਿੱਤਾ, ਕੋਲੇ ਰੱਖ ਲਿਆ। ਰੱਬ ਸਿੱਧਾ ਹੈ ਸਾਰ ਨਹੀਂ, ਚਲਾਕ ਨਹੀਂ ਹੈਗਾ। ਉਹ ਚਲਾਕ ਬੰਦੇ ਉਹਦੇ ਮੰਗੇ ਜਾਂਦੇ ਦੇ ਜਾਂਦਾ, ਉਹ ਇਹ ਹਿਸਾਬ 'ਤੇ ਰਹਿੰਦਾ ਵੀ ਖਬਰਾ ਇਹਦਾ ਆਏਗਾ ਵੀ ਇਹਦੇ ਮਨ 'ਚ ਧਿਆਨ ਕਰੇ। ਜੇ ਚਲਾਕ ਹੋਵੇ ਰੱਬ ਕਦੇ ਨਾ ਦੇਵੇ, ਕਹਿੰਦਾ ਤਾਂ ਇਹਦਾ ਐਂ ਕਰਿਆ। ਤੈਨੂੰ ਮੂਸਾ ਜੀ ਨੇ ਇੱਕ ਦਿਨ ਕਿਹਾ ਵੀ ਮੈਨੂੰ ਰਿਜਕ ਵੰਡ ਲੈਣ ਦੇ, ਉਹ ਕਹਿੰਦਾ ਇੱਥੇ ਬਣ ਨਹੀਂ ਆਉਣਾ ਤੁਸੀਂ ਰਾਤ ਨੂੰ ਇਸ 'ਚੋਂ, ਕਹਿੰਦਾ ਨਹੀਂ। ਉਹ ਜਿਸ ਵਕਤ ਵੰਡਿਆ ਕਹਿੰਦੇ ਪੁਕਾਰ ਆ ਰਹੀ ਹੈ, ਭੁੱਖਾ ਰਹਿ ਗਿਆ ਕੋਈ, ਕੀ ਗੱਲ ਉਹਨੂੰ ਨਹੀਂ ਦਿੱਤਾ? ਕਹਿੰਦਾ ਮਹਾਰਾਜ ਉਹ ਤਾਂ ਐਡਾ ਭੈੜਾ ਕੰਮ ਕਰ ਰਿਹਾ ਸੀ ਨਾ, ਮੈਂ ਤਾਂ ਦੇਖ ਨਹੀਂ ਸਕਿਆ ਉਹਦੇ ਮਾੜੇ ਕੰਮ ਨੂੰ, ਮੈਂ ਦੱਸਣਾ ਨਹੀਂ ਆ ਬੀਬੀਆਂ ਬੈਠੀਆਂ। ਕਹਿੰਦੇ ਫਿਰ ਪੁੱਛਿਆ ਤੇਰਾ ਤਾਂ ਸਾਡਾ ਫਰਜ਼ ਰਿਹਾ ਨਾ, ਮੈਂ ਤਾਂ ਹੁਣ ਉਹਨੂੰ ਵੀ ਦਿੰਦਾ, ਪਾਪੀਆਂ ਨੂੰ ਵੀ ਪਾਲਦਾ। ਸੋ ਵਾਹਿਗੁਰੂ ਭੋਲਾ ਹੈ ਸਾਧ ਸੰਗਤ ਜੀ, ਸਭ ਨੂੰ ਦਿੰਦਾ ਜੇ ਉਹਦੇ ਨਾਲ ਕਿਤੇ ਪਿਆਰ ਕਰ ਬੈਠੀਏ। ਉਹ ਕਿਸੇ ਚੀਜ਼ ਦਾ ਕਾਬੂ ਨਹੀਂ ਆਉਂਦਾ ਕਿਸੇ ਦੇ, ਕੋਈ ਜਪ ਕਰ ਲਓ, ਕੋਈ ਤਪ ਕਰ ਲਓ, ਜੋ ਕਰਨਾ ਕਰ ਲਓ, ਸਾਰੀ ਜ਼ਿੰਦਗੀ ਪੁੱਠੇ ਰੁਕਦਾ ਨਹੀਂ, ਰੱਬ ਨਹੀਂ ਕਾਬੂ ਆਉਂਦਾ।
ਵਾਹਿਗੁਰੂ ਦੇ ਕਾਬੂ ਆਉਂਦਾ ਹੈ ਉਹ ਸਾਡੇ ਅੰਦਰ ਦੇ ਸੱਚਾ ਪਿਆਰ ਹੋਵੇ, ਫਿਰ ਵਾਹਿਗੁਰੂ ਬੰਨਿਆ ਜਾਂਦਾ। ਇਸ ਤਰ੍ਹਾਂ ਕਹਿੰਦੇ ਨੇ ਖੜਾ ਹੈ ਦੁਆਰੇ ਹਰੀ ਤੇਰੇ ਬਸ ਅਗਮ ਗੁਜਰਾ ਤੂੰ ਭਗਤਾਂ ਤੇ ਬਸ ਭਗਤਾਂ ਪਾਲਤ। ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਸੁਣੋ ਸੁਣੋ ਸਾਰੀ ਦੁਨੀਆ, ਸਾਚ ਕਹੂੰ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤੇ ਨਹੀਂ ਬਰੋ। ਜੇ ਪ੍ਰਤੀਤ ਨਹੀਂ ਪਿਆਰ ਕਿਵੇਂ ਹੋ ਜਾਏਗਾ? ਪ੍ਰਤੀਤ ਆਈ ਨਹੀਂ ਜਿਹਦਾ, ਕਹਿੰਦੇ ਹਿਰਦੇ 'ਚ ਪ੍ਰਤੀਤ ਆਈ ਜਾਂਦੀ ਹੈ ਤੇ ਜਨਕੀ ਸੋਭਾ ਊਚ ਪਈ। ਉਹਦੀ ਸੋਭਾ ਹੁੰਦੀ ਹੈ ਧੰਨ ਧੰਨ ਹੁੰਦੀ ਹੈ ਜਿਹਦੇ ਹਿਰਦੇ 'ਚ ਪ੍ਰਤੀਤ ਆ ਰਿਹਾ। ਜੇ ਪ੍ਰਤੀਤ ਨਹੀਂ ਆਈ, ਜੋ ਕੂੜੀ ਕੂੜੀ ਕਪਟੀ ਅੱਖੀ ਮੀਟਦੇ ਤਿੰਨ ਕਾ ਉਤਰ ਜਾਏਗਾ ਝੂਠ ਹੋਵਾਂ। ਸੋ ਇਸ ਵਾਸਤੇ ਮੈਂ ਇੱਕ ਗੱਲ ਦੱਸੀ ਆ, ਜੋ ਬੇਨਤੀ ਕਰੀ ਹੈ ਕਿ ਭਾਂਡੇ ਦੀ ਗੱਲ ਚੱਲਦੀ ਹੈ, ਚਲੀ ਜਾਣੀ ਹੈ ਜਿੰਨਾ ਚਿਰ ਗੋਲੀ ਨਹੀਂ ਹੁੰਦੀ। ਗੱਲ ਸਮਝਣ ਦੇ ਵਿੱਚ ਹੁਣ ਮੈਂ ਜੋ ਤੱਤ ਹੈ ਜ਼ਿੰਦਗੀ ਦਾ ਉਹਨੂੰ ਸਮਝਾਉਣਾ ਚਾਹੁੰਦਾ, ਆਪਦੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਤੁਸੀਂ ਧਿਆਨ ਨਾਲ ਸੁਣੀ ਜਾਓ, ਨੋਟ ਕਰੀ ਜਾਓ। ਜਿਹਨੂੰ ਸ਼ੌਕ ਹੈ ਉਹ ਰਸਤੇ 'ਤੇ ਚੱਲ ਕੇ ਬਿਲਕੁਲ ਸਹੀ ਹੋਏਗਾ ਰਸਤਾ ਹੈ। ਸੋ ਇਸ ਕਰਕੇ ਪ੍ਰਤੀਤ ਜ਼ਰੂਰੀ ਹੈ। ਪ੍ਰਤੀਤ ਕਿਹੜੀ ਹੈ ਮੈਂ ਰਿਪੀਟ ਕਰ ਦਿੰਦਾ,
ਪ੍ਰਤੀਤ ਹੈ ਵਾਹਿਗੁਰੂ ਤੁਹਾਡੇ ਨਾਲ ਹੈ, ਅੰਦਰ ਵੀ ਹੈ ਬਾਹਰ ਹੈ, ਸੋ ਅੰਤਰ ਸੋ ਬਾਹਰ ਅਨੰਤ ਦੇਣਾ ਨਹੀਂ ਹੈ। ਉਹ ਕਿਉਂ ਨਹੀਂ ਦੇਣਾ? ਸਾਡੇ ਕੋਲ ਅੱਖ ਨਹੀਂ ਹੈ ਇੱਥੇ, ਅਸੀਂ ਅੱਖ ਪੈਦਾ ਕਰਨੀ। ਚਲੋ ਅੱਖ ਨਹੀਂ ਵੀ ਮਿਲੇ ਤਾਂ ਆਪਣੇ ਗੁਰੂ ਦੀ ਗੱਲ ਮੰਨ ਲਈਏ। ਗੁਰੂ ਕਹਿੰਦਾ ਇਹ ਨੇਤਰੋ ਮੇਰੇ ਹੱਥੋਂ ਮੈਂ ਜੋ ਧਰੀ ਹਰ ਦਿਨ ਵਰਨਾ ਦੇਖੋ ਬਈ, ਹਰ ਵੇ ਦਾ ਬੰਦਾ ਦੇਖੋ ਕੋਈ ਨਗਰੀ ਹਰ ਨਿਆਲੇ ਵੀ ਸੰਸਾਰ ਤੁਮ ਦੇਖ ਲੈ। ਇਹ ਹਰ ਕਾ ਰੂਪ ਹੈ, ਹਰ ਰੂਪ ਨਗਰੀ ਆਇਆ। ਇਹ ਤੁਹਾਨੂੰ ਐਵੇਂ ਅਸੀਂ ਸੁਣ ਸੁਣਾਈ ਗੱਲ ਨਹੀਂ ਕਹਿੰਦੇ, ਅਸੀਂ ਅੱਖਾਂ ਨਾਲ ਦੇਖ ਲਿਆ ਵੀ ਇਹ ਵਾਹਿਗੁਰੂ ਦਾ ਰੂਪ ਹੈ ਸਾਰਾ। ਸੋ ਇਹ ਗੱਲ ਮੰਨ ਕੇ ਚਲੋ ਨਹੀਂ ਦੱਸਦਾ ਨਾ ਦੱਸੇ, ਫੀਲ ਤਾਂ ਕਰੀਏ। ਭੂਤ ਕਿਹੜਾ ਦੱਸਦਾ ਹੁੰਦਾ? ਆਦਮੀ ਡਰੀ ਜਾਂਦਾ ਵੀ ਕਿਤੇ ਭੂਤ ਨਾ ਚੱਲ ਗਏ, ਮੈਨੂੰ ਇਹਨਾਂ ਫੜ ਲਏ, ਡਰ ਲੱਗਦਾ ਨਾ। ਉਹ ਤਾਂ ਵਾਹਿਗੁਰੂ ਹੈ, ਵਾਹਿਗੁਰੂ ਨਾਲ ਹਾਜ਼ਰੀ ਮਹਿਸੂਸ ਕਰੋ। ਜੇ ਤੁਸੀਂ ਹਾਜ਼ਰੀ ਮਹਿਸੂਸ ਕਰਦੇ ਨਾ, ਇੱਕ ਵਾਰੀ ਵਾਹਿਗੁਰੂ ਕਹੋਗੇ ਬੈਠ ਕੇ, ਉਹਦਾ ਹਜ਼ਾਰਾਂ ਮੀਲਾਂ ਤੋਂ ਦੂਰੋਂ ਦੌੜਿਆ ਹੈਗਾ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤਾਹੇ ਗੁਰ ਵਾਰ ਵਾਰ ਸਿਮਰਤ, ਤਾਹੇ ਗੁਰ ਵਾਰ ਵਾਰ ਹੇਤ। ਜੇ ਇੱਕ ਵਾਰੀ ਤੁਸੀਂ ਪਿਆਰ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਦੇ ਨਾ, ਸੋਲੀ ਬੰਸ ਉਹ ਵਾਰ ਵਾਰ ਤੁਹਾਨੂੰ ਯਾਦ ਕਰੋ, ਪਿਆਰ ਕਰੇਗਾ, ਪਿਆਰ ਕਰੇਗਾ। ਉਹ ਜਾਣਦਾ ਵੀ ਇਹਨਾਂ ਦੇ ਬਸ ਵਿੱਚ ਨਹੀਂ ਹੈ, ਬੇਬਸੀ ਹੈ, ਮਾਇਆ ਦਾ ਪਰ ਬਹੁਤ ਜ਼ਿਆਦਾ ਪ੍ਰਭਾਵ ਹੈ, ਲਾਈਟ ਕਰਨ ਵਾਲਾ ਕੋਈ ਹੈ ਨਹੀਂ, ਜਿਹੜੇ ਆਏ ਵੀ ਨੇ ਉਹਨਾਂ 'ਤੇ ਅਸੀਂ ਵਿਸ਼ਵਾਸ ਨਹੀਂ ਕਰਦੇ। ਸੋ ਸਾਧ ਸੈਨ ਜੀ, ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਮਹਾਰਾਜ, ਕਹਿੰਦੇ ਫਲ ਕਿੰਨਾ ਏਕ ਚਿੱਤ ਜੇ ਇੱਕ ਛਿਨ ਤਿਆਇਓ, ਕਾਲ ਫਾਸ ਕੇ ਬੀਜ ਲਾਇਓ, ਅਜਾ ਮਨ ਕੋ ਅੰਤ ਕਾਨਵੇਂ ਨਾਰਾਇਣ ਸੁੱਧ ਆਈ। ਉਹਨੇ ਜਵਾਨ ਨਾਲ ਨਹੀਂ ਸੀ ਬੋਲਿਆ, ਨਾਰਾਇਣ ਸੁੱਧ ਆ ਦਿਮਾਗ 'ਚ ਉਹ ਇੱਥੇ ਪਰਿਪੂਰਨ ਹੈ ਵਾਹਿਗੁਰੂ, ਮੈਂ ਤਾਂ ਆਪਣੇ ਮੁੰਡੇ ਨੂੰ ਹਾਕ ਮਾਰ ਬੈਠਿਆ। ਕਹਿੰਦੇ ਮੇਰੇ ਠਾਕਰ ਕੇ ਮਨ ਭਈ ਭਾਵ ਜਮ ਕੰਕਰ ਮਾਰ ਰਹਿ ਜਾ, ਮਨ ਪ੍ਰੀਤ ਪੁੱਤਰ ਪ੍ਰਤ ਕਿੰਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾਕਰ ਕੇ ਮਨ ਭਈ ਭਾਵ ਨਹੀਂ। ਇੱਕੋ ਵਾਰੀ ਗਈ ਹੋਈ ਉਹਦੀ ਭਾਵ ਨਹੀਂ ਆ ਗਈ, ਤਾਂ ਇਹ ਤੂੰ ਰੱਬ ਨਾਲੋਂ ਜਗ੍ਹਾ ਕਿਹੜਾ ਹੈ ਜਿਹੜਾ ਇੱਕ ਵਾਰੀ ਕਹੇ ਤੇ ਇੰਨਾ ਦਿਆਲੂ ਹੋ ਜਾਂਦਾ। ਸੋ ਇਸ ਕਰਕੇ ਇਹ ਭਾਂਡੇ ਦੀ ਮੈਂ ਬਾਤਚੀਤ ਕਰ ਰਿਹਾ, ਇਹ ਚਲੀ ਜਾਣੀ ਹੈ, ਕਈ ਹਫ਼ਤੇ ਚੱਲੂ ਇਹ ਬਾਤ। ਇਹ ਪ੍ਰਤੀਤ ਵਿੱਚ ਆ ਜਾਓ, ਪਕਾਲੋ ਸਭ ਕੋਈ ਪ੍ਰਤੀਤ, ਇੱਕ ਪੜ੍ਹਨਾ ਹੁੰਦਾ, ਇੱਕ ਬੁੱਝਣਾ ਹੁੰਦਾ। ਜਿਹੜਾ ਸੀਗਾ ਆਪਣਾ ਅਧਿਸ਼ਟਰ, ਪੰਜੇ ਭਰਾ ਪੜ੍ਹਦੇ ਸੀ, ਉਹ ਵੀ ਪੜ੍ਹਦੇ ਸੀ, ਉਹ ਪੜ੍ਹ ਕੇ ਕਾਇਦਾ ਪਹਿਲੀ ਪੋਥੀ ਵੀ ਲੱਗ ਗਏ, ਉਹ ਜੁੜਵੇਂ ਅੱਖਰਾਂ ਤੋਂ ਬਾਹਰ ਆ ਲੱਗੇ। ਮਾਸਟਰ ਨੇ ਸ਼ਿਕਾਇਤ ਕਰੀ ਵੀ ਇਹ ਜੁੜਵੇਂ ਅੱਖਰਾਂ ਤੋਂ ਗਾਹ ਨਹੀਂ ਲੱਗਦਾ, ਅੱਖਰ ਕੀ ਸੀਗਾ, ਕਰੋੜ ਮਤ ਕਰੋ। ਜਦ ਉਹਨੇ ਕਿਹੜਾ ਗਾਂ ਲੈ, ਉਹ ਕਹਿੰਦਾ ਗਾਂ ਮੇਰੇ ਆਦਮੀ ਹੋਇਆ ਪਹਿਲਾਂ। ਉਹ ਪਿਤਾ ਆਇਆ, ਉਹਨੇ ਕਿਹਾ ਤੂੰ ਸੁਣਾ ਦਾ, ਸੁਣਾਉਣ ਲੱਗਿਆ ਕਰੋਧ ਮਤ ਕਰੋ। ਕਹਿੰਦਾ ਗਾਂ, ਕਹਿੰਦਾ ਮੇਰੇ ਤਾਂ ਇਹ ਨਹੀਂ ਯਾਦ ਰਿਹਾ, ਤੂੰ ਪੜ੍ਹਦਾ ਤਾਂ ਹੈ, ਹੁਣ ਤੋਂ ਤਾਂ ਰੱਟਣੀ ਤਾਂ ਸੀਗੀ ਵੀ ਕਰੋਧ ਮਤ ਕਰੋ, ਕਰੋਧ ਮਤ ਕਰੋ। ਉਹਨੇ ਥੱਪੜ ਮਾਰਿਆ ਮੂੰਹ 'ਤੇ, ਉਹ ਹੱਸਣ ਲੱਗ ਗਿਆ। ਕਹਿੰਦਾ ਹੱਸਦਾ ਥੱਪੜ ਖਾ ਕੇ ਹੀ ਆਇਆ ਨਾ? ਕਹਿੰਦਾ ਇਹ ਸਭ ਕੇ ਥੱਪੜ ਖਾ ਕੇ ਆਉਣ ਵਾਲਾ ਸੀ, ਉਹ ਨਹੀਂ ਸੀ ਯਾਦ ਹੁੰਦਾ,
ਇਹ ਯਾਦ ਐਂ ਹੁੰਦਾ ਜਾਂ ਤੂੰ ਕੁਛ ਹੁਣ ਮਾਰਦਾ ਮੇਰੇ ਜਾਂ ਥੱਪੜ ਮਾਰਦਾ ਹੁਣ ਮੇਰੇ ਯਾਦ ਹੋ ਗਏ ਕਰੋੜ ਮਾਰ। ਉਹ ਜਿਹੜਾ ਬੁੱਝਣਾ ਹੈ ਨਾ ਜਿਹੜਾ ਮੇਰੇ ਠਾਕਰ ਕੇ ਮਨ ਭਾਈ ਭਾਵ ਨਹੀਂ ਜਾਂ ਅਸੀਂ ਕਹਿੰਦੇ ਹਾਂ ਏਕ ਜਿੱਤ ਗਏ ਇੱਕ ਸੰਜਿਆ ਹੈ ਉਹ ਆਹ ਪਸਤਾ ਹੈ ਉਹ ਪਰਮੇਸ਼ਰ ਦਾ ਧਿਆਨ ਆਇਆ ਹੋਇਆ ਕਾਲ ਫਸ ਕੇ ਬੀਜਣਾ ਆਇਓ ਫਿਰ ਨਹੀਂ ਉਹ ਕਾਲ ਦੀ ਫਾਸੀ ਵਿੱਚ ਆਇਆ ਕਰਦਾ। ਸੋ ਇੰਨਾ ਹੀ ਮੈਂ ਸਮਾਪਤ ਕਰਦਾ। ਉਦੋਂ ਮੈਨੂੰ ਮਨਾ ਕਰਿਆ ਬਹੁਤ ਜ਼ਿਆਦਾ ਮੈਂ ਜ਼ਿਆਦਾ ਬੋਲ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।